ਕਿ ਪੰਜਾਬੀ ਬੋਲੀ ਦੀ ਖਾਲੀ ਹੁੰਦੀ ਜਾਂਦੀ ਝੋਲੀ ਦੀ ਗੱਲ ਕਰੀਏ। ਪੰਜਾਬੀ ਬੋਲੀ ਦੀ ਖਾਲੀ ਹੁੰਦੀ ਜਾਂਦੀ ਝੋਲੀ ਦੀ ਚੰਗਾ ਲਿਖੋ ਚੰਗਾ ਗਾਓ ਕਲਾਕਾਰ ਵੀਰੋ, ਆਪਣੀ ਜ਼ੁਬਾਨ ਵਿੱਚ ਜ਼ਹਿਰ ਨਹੀਂ ਘੋਲੀ ਦੀ। ਧੀਆਂ ਭੈਣਾਂ ਤਾਂ ਹਰੇਕ ਘਰ ਹੁੰਦੀਆਂ, ਨਹੀਂ ਉਹ ਇੱਜ਼ਤ ਬਗਾਨੀ ਦੀ ਪੈਰਾਂ ਵਿੱਚ ਰੋਲੀ ਦੀ। ਚੰਗਾ ਲਿਖੋ ਮਾਣ ਖੱਟੋ ਪੂਰਾ ਜੱਗ ਉੱਤੇ, ਸ਼ਾਨ ਵਧਾਓ ਪੰਜਾਬੀ ਮਾਂ ਬੋਲੀ ਦੀ, ਸ਼ਾਨ ਵਧਾਓ ਪੰਜਾਬੀ ਮਾਂ ਬੋਲੀ ਦੀ। ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਦਾ ਲਾਈਵ ਸ਼ੋਅ ਜਿਹੜਾ ਹੋਏਗਾ ਤੁਹਾਡੇ ਵਾਸਤੇ ਖਾਸ ਹੋਏਗਾ, ਜਿਹਦੇ ਵਿੱਚ ਭਰਪੂਰ ਜਾਣਕਾਰੀ ਹੋਏਗੀ ਅਤੇ ਨਾਲ ਮੇਰੇ ਮਹਿਮਾਨ ਹੋਣਗੇ ਸਟੂਡੀਓ ਦੇ ਵਿੱਚ। ਪਰ ਉਸ ਤੋਂ ਪਹਿਲਾਂ ਮੈਂ ਬਹੁਤ ਬਹੁਤ ਵਧਾਈ ਦੇਣੀ ਚਾਹੁੰਦਾ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਨੂੰ। ਅੱਜ ਕਹਿੰਦੇ ਵੀ ਮਾਂ ਬੋਲੀ ਦਿਵਸ ਹੈਗਾ, ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ 21 ਫਰਵਰੀ ਨੂੰ, ਅਤੇ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ 'ਤੇ ਮਨਾਇਆ ਗਿਆ। ਔਰ ਬਾਹਰਲੇ ਮੁਲਕਾਂ ਦੀ ਗੱਲ ਕਰੀਏ, ਬਾਹਰਲੇ ਮੁਲਕਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਨਾਂ ਨੇ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ। ਵੈਸੇ ਮਾਂ ਬੋਲੀ ਦਿਵਸ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਮਾਂ ਬੋਲੀ ਸਾਡੀ ਜਿਹੜੀ ਹੈਗੀ ਆ ਉਹ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਜਸ ਪੰਜਾਬੀ ਦੇ ਜ਼ਰੀਏ ਵੀ ਪੂਰੀਆਂ ਬੁਲੰਦੀਆਂ 'ਤੇ ਰਹੇ। ਵੈਸੇ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜੀ ਹੈ ਪੰਜਾਬੀ ਮਾਂ ਬੋਲੀ ਉਹ ਬਹੁਤ ਘੱਟ ਬੋਲੀ ਜਾਂਦੀ ਹੈ, ਮਜਬੂਰੀ 'ਚ ਹੀ ਬੋਲੀ ਜਾਂਦੀ ਹੈ। ਸੋ ਅੱਜ ਜਿੱਥੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਾਂਗੇ, ਪੰਜਾਬੀ ਮਾਂ ਬੋਲੀ ਵਿੱਚ ਗੱਲ ਕਰਾਂਗੇ ਅਤੇ ਪੰਜਾਬੀਆਂ ਦੇ ਨਾਲ ਗੱਲਬਾਤ ਕਰਾਂਗੇ, ਉੱਥੇ ਜਿਹੜੇ ਸਾਡੇ ਮਹਿਮਾਨ ਸਟੂਡੀਓ ਦੇ ਵਿੱਚ ਆਏ ਨੇ ਉਹਨਾਂ ਦਾ ਵੀ ਮੈਂ ਤਾਰੁਫ ਤੁਹਾਡੇ ਨਾਲ ਕਰਵਾ ਦੇਵਾਂ। ਪੇਸ਼ੇ ਵਜੋਂ ਡਾਕਟਰ ਨੇ, MD ਮੈਡੀਸਿਨ ਨੇ ਪੇਸ਼ੇ ਵਜੋਂ, ਅਮਰੀਕਾ ਦੇ ਵਿੱਚ ਰਹਿੰਦੇ ਨੇ। ਪਹਿਲਾਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਕਾਫੀ ਅਰਸਾ ਜੌਬ ਕੀਤੀ, ਪਰ ਇੱਥੇ ਸਟੂਡੀਓ ਦੇ ਵਿੱਚ ਉਹ ਆਏ ਨੇ। ਉਹਨਾਂ ਦੇ ਵਿੱਚ ਜਿਹੜੀ ਇੱਕ ਵੱਖਰੀ ਵਿਲੱਖਣਤਾ ਹੈਗੀ ਆ, ਵੱਖਰੇ ਗੁਣ ਹੈਗੇ ਨੇ ਬਹੁਤ ਸਾਰੇ, ਉਹਨਾਂ ਕਰਕੇ ਅੱਜ ਅਸੀਂ ਤੁਹਾਡੇ ਰੂਬਰੂ ਉਹਨਾਂ ਨੂੰ ਕਰਵਾ ਰਹੇ ਹਾਂ। ਅਗਰ ਗੱਲ ਕਰੀਏ ਉਹਨਾਂ ਦੀ ਕਲਾ ਦੀ, ਡਾਕਟਰੀ ਪੇਸ਼ੇ ਤੋਂ ਇਲਾਵਾ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਪਰਮਾਤਮਾ ਨੇ 1 ਨਹੀਂ 2 ਨਹੀਂ 3 ਨਹੀਂ ਮੇਰੇ ਹਿਸਾਬ ਦੇ ਨਾਲ ਬਹੁਤ ਸਾਰੇ ਐਸੇ ਗੁਣ ਅਤੇ ਐਸੀ ਕਲਾ ਭਰ ਰੱਖੀ ਹੈ ਜਿਹਦੇ ਨਾਲ ਉਹ ਪੂਰੀ ਦੁਨੀਆ ਦੇ ਵਿੱਚ ਸੇਵਾ ਕਰ ਰਹੇ ਨੇ। ਔਰ ਸੇਵਾ ਵਾਲੀ ਹੀ ਗੱਲ ਹੈ, ਕੋਈ ਕਮਰਸ਼ੀਅਲ ਨਹੀਂ ਉਹ ਕਰਦੇ। ਮੇਰੇ ਨਾਲ ਸਟੂਡੀਓ ਦੇ ਵਿੱਚ ਅੱਜ ਸਾਡੇ ਮਹਿਮਾਨ ਜਿਹੜੇ ਜੁੜੇ ਨੇ ਡਾਕਟਰ ਗੁਰਮੇਲ ਸਿੰਘ, ਉਹਨਾਂ ਦਾ ਸਵਾਗਤ ਕਰ ਰਹੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਧੰਨਵਾਦ ਜੱਗੀ ਜੀ, ਜਸ ਪੰਜਾਬੀ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਅੱਜ। ਵੈਸੇ ਸਾਡਾ ਸਟੂਡੀਓ ਵੀ ਤਿਆਰ ਹੋ ਰਿਹਾ, ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਤਾਂ ਬਹੁਤ ਚੰਗਾ ਲੱਗ ਰਿਹਾ ਗੱਲਬਾਤ ਕਰਕੇ। ਵੈਸੇ ਤੁਹਾਡੇ ਬਾਰੇ ਮੁਲਾਕਾਤ ਥੋੜ੍ਹੀ ਬਹੁਤ ਹੋਈ ਪਹਿਲਾਂ, ਪਰ ਜਾਣਕਾਰੀ ਜਿਹੜੀ ਬਹੁਤ ਜ਼ਿਆਦਾ ਅੱਜ ਮਿਲੀ ਆ। ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਟੂਡੀਓ ਦੀਆਂ, ਬਹੁਤ ਹੀ ਸੋਹਣਾ ਬਣਿਆ ਔਰ ਬੜੀਆਂ ਸਾਰੇ ਦਰਸ਼ਕਾਂ ਨੂੰ ਸਾਰਿਆਂ ਨੂੰ ਵੀ ਵਧਾਈਆਂ ਕਿ ਹੁਣ ਜਸ ਪੰਜਾਬੀ ਕੈਲੀਫੋਰਨੀਆ ਤੋਂ ਵੀ ਆਪਦੀ ਕਲਾ ਵਿਖਾਏਗਾ। ਬਿਲਕੁਲ ਜੀ, ਅਸੀਂ ਹੁਣ 6 ਮਾਰਚ ਨੂੰ ਇਹਦਾ ਉਦਘਾਟਨ ਕਰਕੇ ਅਤੇ ਫਿਰ ਬਕਾਇਦਾ ਪ੍ਰੋਗਰਾਮ ਸਾਰੇ ਇੱਥੋਂ ਸ਼ੁਰੂ ਕਰ ਦੇਣੇ ਆ। ਅਤੇ ਅੱਛਾ ਡਾਕਟਰ ਸਾਹਿਬ, ਗੱਲ ਕਰੀਏ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਉਂਕਿ ਸਿਹਤ ਜ਼ਰੂਰੀ ਹੈ, ਸਿਹਤ ਤੋਂ ਸਿਹਤ ਡਾਕਟਰ ਅੱਜ ਕੱਲ੍ਹ ਪਹਿਲੇ ਸਮਿਆਂ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਸਿਹਤ ਵੈਸੇ ਹੀ ਠੀਕ ਰਹਿੰਦੀ ਹੈ, ਬੰਦਾ ਕੰਮ ਕਾਰ ਕਰਦਾ, ਵਰਜਿਸ਼ ਕਰਦਾ, ਖੁਰਾਕਾਂ ਵਧੀਆ ਖਾਂਦਾ ਤਾਂ ਸਿਹਤ ਠੀਕ ਰਹਿੰਦੀ ਸੀ। ਪਰ ਅੱਜ ਕੱਲ੍ਹ ਜਿਹੜੀ ਜ਼ਿਆਦਾਤਰ ਸਿਹਤ ਹੈਗੀ ਆ ਉਹ ਡਾਕਟਰਾਂ ਦੇ ਆਸਰੇ ਹੀ ਠੀਕ ਰਹਿੰਦੀ ਹੈ। ਜੇ ਅਸੀਂ ਛੋਟੇ ਬੱਚਿਆਂ ਦੀ ਵੀ ਗੱਲ ਕਰੀਏ, ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਕਿ ਆਮ ਓਲਡ ਏਜ ਵਿੱਚ ਲੱਗਦੀਆਂ ਸੀ ਉਹ ਅੱਜ ਕੱਲ੍ਹ ਲੱਗੀਆਂ ਹੋਈਆਂ। ਪਹਿਲਾਂ ਸਿਹਤ ਦੇ ਬਾਰੇ ਦੱਸੋ, ਤੁਸੀਂ ਚੰਡੀਗੜ੍ਹ ਜਨਰਲ ਹੋਸਪਿਟਲ ਵੀ ਕਾਫੀ ਦੇਰ ਰਹੇ ਹੋ, ਅਤੇ ਡਾਕਟਰੀ ਪੇਸ਼ੇ ਦੇ ਵਿੱਚ ਕਿਹੜੇ ਕਿਹੜੀ ਸਪੈਸ਼ਲਿਸਟ ਹੈਗੀ ਤੁਹਾਡੀ? ਮੈਂ ਪਲਮਨੋਲੋਜਿਸਟ ਹਾਂ ਜੀ, MD ਮੈਡੀਸਿਨ ਕਰਨ ਤੋਂ ਬਾਅਦ ਜਿਹੜੀ ਰੈਸਪੀਰੇਟਰੀ ਮੈਡੀਸਿਨ ਦੀ ਸਪੈਸ਼ਲਾਈਜੇਸ਼ਨ ਕੀਤੀ ਹੈ, ਔਰ ਉਸ ਤੋਂ ਬਾਅਦ ਮੈਂ ਜੌਨਸ ਹੋਪਕਿੰਸ ਯੂਨੀਵਰਸਿਟੀ ਜਿਹੜਾ ਮੈਡੀਸਿਨ ਡਿਪਾਰਟਮੈਂਟ ਦੇ ਵਿੱਚ ਆ ਕੇ ਟ੍ਰੇਨਿੰਗ ਲਈ ਹੈ ਇਨਫੈਕਸ਼ਸ ਡਿਜ਼ੀਜ਼ ਦੀ, ਫਿਰ CDC ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਅਟਲਾਂਟਾ ਦੇ ਵਿੱਚ ਮੇਰੀ ਟ੍ਰੇਨਿੰਗ ਹੋਈ ਹੈ ਜੀ, ਔਰ ਉਸ ਤੋਂ ਬਾਅਦ ਮੈਂ ਪੰਜਾਬ ਗੌਰਮੈਂਟ ਦੇ ਵਿੱਚ ਮੇਰੀ ਲਾਸਟ ਪੋਸਟਿੰਗ ਜਿਹੜੀ ਐਜ਼ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਸੀ ਜਿੱਥੇ ਮੈਂ ਰਿਟਾਇਰ ਹੋਇਆ, ਅਤੇ ਉੱਥੇ ਉਸ ਵੇਲੇ ਦੀਆਂ ਜਿੰਨੀਆਂ ਵੀ ਪੰਜਾਬ ਸਰਕਾਰ ਬਹੁਤ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਬਾਕੀ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਇਹਨੂੰ ਕੰਪੇਅਰ ਤਾਂ ਨਹੀਂ ਕਰ ਸਕਦੇ ਡਿਵੈਲਪਡ ਨੇਸ਼ਨਸ ਦੇ ਨਾਲ, ਪਰ ਫਿਰ ਵੀ ਸਾਡਾ ਜਿਹੜਾ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਹੈ ਉਹ ਜੇ ਅਸੀਂ ਵੇਖੀਏ ਬਾਕੀ ਸਟੇਟਸ ਨਾਲੋਂ ਕਾਫੀ ਚੰਗੀਆਂ।
जी बिल्कुल। बाकी आप हम गलबात करिए डॉक्टर साहब, तुसी डॉक्टरी लाइन दे विच भी बहुत मेहनत करनी पैंदी है, बहुत पढ़ना लिखना पैंदा पंजाब दे विच। बिल्कुल जी। जे असीं गल करिए आम तौर पर कहिंदे वी चाइना ने 2 SIM वाला मोबाइल बनाया, 3 वाला भी बनाता मेरे ख्याल हुण तां, पर तुहाडी गल करिए तुहाडे विच तां मेरे ख्याल 6-7 कला हैगियां ने, 6-7 SIM वाले मोबाइल हैगे। राइटर तुसीं लिखदे भी हो और गाउंदे भी हो, प्रोड्यूसर भी हो, डायरैक्टर भी हो, राइटर भी हैगे हो, और नाल दी नाल जिहड़ा हैगा तुसी जिहड़ी सोशल भी हैगे हो, सोशल भी काम कार करदे रहिंदे हो, तो ये जिहड़ा लेखनी हैगी है जां गायकी हैगी, ये बचपन तो ही शौक सी जां बाद दे विच ये तुहानूं पिया? बिल्कुल जी, ये शुरू तो ही स्कूल टाइम तो ही, और मेरा जिहड़ा जिन्ना भी मैं लिखिया है, गाया है, जिन्ने सोंग है मेरे, वह सारे सोशल इशूज ते ही है जी। जिस तरह ये नशियां दा इन्ना वड्डा प्रकोप जिहड़ा पंजाब दे विच चल रहा है, उहदे ते मेरा सोंग है, सोहणे हो पंजाब दे दुलारे हो, नशियां तों बच के रहो, मावां भैणां दीआं अखियां दे तारे हो, नशियां तों बच के रहो। ये पहली गल तो शब्दावली डॉक्टर साहब बहुत प्रभावशाली है और सीधी दिल नूं वजदी है, तो जे ये 2 लाइनां थोड़ियां जिहियां साडे दर्शकां नूं गा के सुना दिओ गुणगुना के, तो बहुत वधिया लगेगा जी। बिना म्यूजिक तो गाउणा तो उवें ही है जिवें बिना हथियारां तो लड़न वाली गल है। ये तो है जी, नहीं पर पर वधिया जिहड़ियां इह लाइनां ने जी, बहुत वधिया, तो पसंद करनगे। सोहणे हो पंजाब दे दुलारे हो, नशियां तो बच के रहो, मावां भैणां दीआं अखियां दे तारे हो, नशियां तो बच के रहो। वाह जी वाह, बहुत वधिया। तो डॉक्टर साहब किवें पता लग्गिया तुहानूं वी किहड़ी कला सब तो पहलां तुहाडे च आई है, पहलां गीतकारी आई है, लेखनी आई है, या फिर पहलां गायकी आई है, या कोई परिवार दे विचों पहलां इस फील्ड दे विच सीगे तुहाडे? नहीं जी, पहलां परिवार दे विचों कोई इस फील्ड विच नहीं है, और लिखण दा ते गाउण दा शौक जिहड़ा उह स्कूल टाइम तो ही है जी। जिवें जिवें हालात जिहड़े जिहड़े वेखे, जिस तरह 71 दी वार होई, उहदे विच साडे परिवार चों मेजर हरबंस सिंह चहल, उन्होंने शहीदी पाई, बड़ा देश का नाम उच्चा किया उन्होंने, साडे परिवार के बहुत उघे सितारे जी, और उस वेले भी मेरा जिहड़ा एक सोंग सीगा उस सीगा भाबीए नी तोर जंग नूं मैनूं बन्न के रेशमी चीरा, मैं भी उस राह ते जाणा जिहड़े राह ते गया नी मेरा वीरा। वाह जी वाह, वाह जी वाह। उस तो बाद फिर मैं मेडिकल कॉलेज पटियाले आ गया, उत्थे बहुत ज़्यादा तो गाउण दा काम उस वेले नहीं किया। अच्छा। पर कुछ लिखतां जिहड़ियां मेरियां उस वेले दे सौंग सीगे, वो बाद फिर मैं जदों आपदी डॉक्टरी की पढ़ाई पूरी कर ली, उस तो बाद फिर मैं सारी यह रिकॉर्डिंग्स कीतियां। ठीक है जी, ये बहुत वधिया सारिया गल्लां पता हैगियां। लेखनी की गल करिए तो फिर लिखण दा तुसी किहड़े गीतकार तो जां किहड़े लेखक तो ज़्यादा प्रभावित हो के लिखना शुरू किया जी? नहीं जी, उस तरह का कुछ नहीं, मैं तो सिर्फ सोशल इशू जिहड़े सामने आए। हुण जो तो मैं अपनी फिल्म की स्टोरी लिखी, मेरी फिल्म का नाम है धियां, धियां जी, टैलीफिल्म है 45 मिनट्स की, ये तो मैनूं यूनाइटेड नेशन का अवार्ड भी मिलया, और इस दे विच मैं जिहड़े 2 वड्डे इशू उस वेले चल रहे सी, एक तां भ्रूण हत्या, जिहदे विच बहुत ही मनभागी गल है कि बड़ियां ही जिहड़ियां फीमेल फिटिसाइड जिहड़ी होई है, ते उह इशू नूं मैं लिया उहदे विच। दूसरा नशियां दे इशू नूं लिया, ये दोवें इशूज ते ये फिल्म मैं बनाई, उहदे विच सारी स्टोरी मेरी अपनी लिखी है, उहनूं डायरैक्ट भी मैं आप कीता है, और फिर उहदे विच सोंग है जिहड़ा मेन, धियां हुंदियां रूप खुदा दा धियां मारो ना, ऐ दुनिया दे लोको कैर गुजारो ना जी। बहुत वधिया डॉक्टर साहब, ये बारे धियां बारे भी गलबात असीं जरूर करांगे तुहाडे नाल, ते नाल दी नाल जिहड़ा इह गीत हैगा, गीत भी मैं चाहवांगा साडे जिहड़े स्टूडियो दे विचों गीत दिखा के, ते उस तो बाद ब्रेक जिहड़ी उह लै लांगे, ब्रेक तो बाद फिर गल्लां बातां जिहड़ियां तुहाडे नाल। इसे तरह डॉक्टर गुरमेल सिंह जी स्टूडियो दे विच हैगे ने, तुसीं भी कॉल करके डॉक्टर साहब कोलों कोई सवाल पुछना चाहुंदे हो जां पंजाबी मां बोली दी कोई गलबात करनी चाहुंदे हो तो जरूर कॉल कर सकते हो, स्क्रीन पर नंबर आ रहा। फिलहाल एक ब्रेक लेने, ब्रेक तो बाद हाजिर है जी, तो साडे नाल मेहमान जुड़े ने जो कि पंजाबी, हर पंजाबी की समस्या जिहड़ी पंजाबियों की समस्या उहदी
दूर करने तत्पर ने, चाहे वह भ्रूण हत्या की गल हो, चाहे नशिया की गल करिए, चाहे पंजाबी मां बोली की गल करिए, चाहे कोई होर सोशल एक्टिविटी हो। डॉक्टर गुरमेल सिंह जी उन्होंने गलबात चल रही है। डॉक्टर साहब धियां की गलबात जी गीत देखे साढ़े दर्शकों ने, बहुत वधिया गीत हैगा, तुहाडे सारे गीत बहुत वधिया इहदे विच हैगे ने। ते धियां दा जिहड़ा कंसैप्ट हैगा इह दिमाग दे विच किवें आया, वी तुहानूं क्यों लग्गिया वी इस तरह दा सानूं कंसैप्ट करना चाहीदा? नशियां दी तां समस्या हैगी हैगी बहुत ज़्यादा। पंजाब दे विच जिहड़ा भ्रूण हत्या दी बहुत ही ज़्यादा एक मंदभागी जिहड़ी घटना वरतदी रही है, हुण वी पहलां नालों बहुत फर्क पै गया, लोग जागरूक हो गए है और आपकी जिम्मेवारी समझण लग गया है जी। पर किसी टाइम दे विच इन्ना कि ज़्यादा ये काम वध गया सी कि लखां दी गिणती दे विच जिहड़ी भ्रूण हत्या हुई है और वह बड़ी मनभागी है। साडे पंजाब वर्गी जिहड़ी धरती, जिहड़ी गुरुआं पीरां फकीरां दी धरती है साडी, उत्थे असीं इहो जिहा कुछ जिहड़ा कि भ्रूण हत्या वर्गा जिहड़ा महापाप है वह भी बहुत ज़्यादा असीं वेखदे रहे हैं। मतलब उस धरती ते जिथे गुरु नानक देव जी ने कहा भी सो के मंदा किए जित जमे राजान, ते उस धरती ते ही असी राजान जम्मन वालियां नूं नहीं जम्मण देंदे सी। बिल्कुल बिल्कुल, क्योंकि उहदे च मैं फिल्म दे विच इह भी कहा बिल्कुल जो तुसीं दस रहे हो भी जे गुरु नानक साहब दी माता जी नूं एक लड़की समझ के उहनां दे मां बाप मार दिंदे ਤਾਂ ਗੁਰੂ ਨਾਨਕ ਦੇਵ ਜੀ ਵਰਗੇ ਮਹਾਂਪੁਰਸ਼ ਕਿੱਥੋਂ ਪੈਦਾ ਹੁੰਦੇ ਜੀ? ਬਿਲਕੁਲ ਇਵੇਂ ਭਗਤ ਸਿੰਘ ਦੀ ਮਾਤਾ ਨੂੰ ਜੇ ਉਹਨਾਂ ਦੇ ਮਾਂ ਬਾਪ ਲੜਕੀ ਸਮਝ ਕੇ ਮਾਰ ਦਿੰਦੇ ਤਾਂ ਭਗਤ ਸਿੰਘ ਵਰਗੇ ਸੂਰਵੀਰ ਕਿੱਥੋਂ ਪੈਦਾ ਹੁੰਦੇ? ਕੀ ਬਾਤ ਹੈ। ਅਤੇ ਅਸੀਂ ਜਿਹੜੀ ਆਪਦੀ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰੀ ਜਾ ਰਹੇ ਸੀ ਸਾਡੇ ਲੋਕ, ਅਤੇ ਉਸ 'ਤੇ ਫਿਰ ਕਾਫੀ ਕੰਮ ਕੀਤਾ ਅਤੇ ਫਿਲਮ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ, ਗਾਣਿਆਂ ਰਾਹੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜੀ, ਅਤੇ ਬੜੇ ਸੈਮੀਨਾਰ ਕੀਤੇ। ਇਸ ਕਰਕੇ ਇਹ ਜਿੰਨਾ ਵੀ ਸਰਕਾਰ ਦਾ ਸਰਕਾਰ ਆਪਣੇ ਵੱਲੋਂ ਵੀ ਕਰ ਰਹੀ ਸੀ ਬਹੁਤ ਕੁਛ, ਪਰ ਜਿੰਨੀ ਵੀ ਮਦਦ ਕੀਤੀ ਜਾ ਸਕਦੀ ਸੀਗੀ, ਹੋਰ ਲੋਕਾਂ ਦੀ ਅਵੇਅਰਨੈਸ ਲਿਆਉਂਦੀ ਜਾ ਸਕਦੀ ਸੀ, ਉਹ ਪੂਰੀ ਕੋਸ਼ਿਸ਼ ਕੀਤੀ ਉਹ ਜਾਗਰੂਕਤਾ ਲਿਆਉਣ ਦੀ, ਔਰ ਉਹਦਾ ਅਸਰ ਵੀ ਹੋਇਆ ਜੀ। ਅਸਰ ਤਾਂ ਹੁੰਦਾ ਜੀ ਬਿਲਕੁਲ, ਕਿਉਂਕਿ ਜਿਹੜੀ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਜਿੱਥੇ ਮੈਂ ਬਤੌਰ ਸਿਵਲ ਸਰਜਨ ਕੰਮ ਕੀਤਾ ਹੈ, ਉਹ ਜ਼ਿਲ੍ਹੇ ਦੇ ਵਿੱਚ ਭਰੂਣ ਹੱਤਿਆ ਜਿਹੜੀ ਉਹ ਗਵਰਨਮੈਂਟ ਆਫ ਇੰਡੀਆ ਨੇ ਵੀ ਉਸ ਜ਼ਿਲ੍ਹੇ ਨੂੰ ਨੰਬਰ 1 'ਤੇ ਲਿਆਂਦਾ ਵੀ ਇੱਥੇ ਜਿਹੜੀ ਆ ਰੇਸ਼ੋ ਜਿਹੜੀ ਮੇਲ ਟੂ ਫੀਮੇਲ ਰੇਸ਼ੋ ਜਿਹੜੀ ਬਿਲਕੁਲ ਪ੍ਰੋਪਰ ਹੋ ਗਈ ਸੀ। ਨਹੀਂ ਉੱਥੇ ਸਮੱਸਿਆ ਇਹ ਹੈਗੀ ਡਾਕਟਰ ਸਾਹਿਬ ਕਿ ਸਾਰੇ ਮਿਲੀ ਭੁਗਤ ਕਰਕੇ ਮਤਲਬ ਇਹ ਸਾਰਾ ਕੁਛ ਹੋ ਹੀ ਜਾਂਦਾ ਸੀਗਾ, ਪਰ ਜੇ ਸਰਕਾਰਾਂ ਸਖ਼ਤ ਹੋਣ, ਤੁਸੀਂ ਕੀ ਸਮਝਦੇ ਹੋ ਕਿ ਜੇ ਸਰਕਾਰਾਂ ਸਖ਼ਤ ਹੋਣ ਜਾਂ ਜੇ ਸਰਕਾਰਾਂ ਚਾਹੁਣ ਤਾਂ ਕੀ ਇਹ ਰੁਕ ਨਹੀਂ ਸਕਦੀ ਭਰੂਣ ਹੱਤਿਆ? ਬਿਲਕੁਲ ਬਿਲਕੁਲ ਜੀ, ਦੇਖੋ ਇਹ ਜ਼ਿੰਮੇਵਾਰੀ ਸਰਕਾਰਾਂ ਵੀ ਸਾਡੀਆਂ ਬਣਾਈਆਂ ਹੋਈਆਂ ਸਰਕਾਰਾਂ, ਆਪਾਂ ਹੀ ਚੁਣਦੇ ਹਾਂ, ਅਤੇ ਜੇ ਇਸ ਚੀਜ਼ ਨੂੰ ਥੋੜ੍ਹਾ ਜਿਹਾ ਵੀ ਜਿੱਥੇ ਸਖ਼ਤੀ ਦੀ ਲੋੜ ਆ ਉੱਥੇ ਸਖ਼ਤੀ ਵਰਤੀ ਜਾਵੇ, ਜਿੱਥੇ ਪਿਆਰ ਨਾਲ ਸਮਝਾਉਣ ਦੀ ਲੋੜ ਆ ਉੱਥੇ ਪਿਆਰ ਨਾਲ ਸਮਝਾਇਆ ਜਾਵੇ, ਤਾਂ ਜ਼ਰੂਰ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਹੈ। ਜਿਹੜਾ ਹਿਊਮਨ ਬਿਹੇਵੀਅਰ ਹੈ ਉਹਦੇ ਵਿੱਚ ਜਿਹੜੀ ਚੇਂਜ ਲਿਆਉਣੀ ਹੈ ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਅੱਛਾ, ਧੀਆਂ ਬਾਰੇ ਮੈਂ ਇੱਕ ਹੋਰ ਸਵਾਲ ਤੁਹਾਡੇ ਨਾਲ ਕਰਕੇ ਉਸ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਹਾਂ। ਅਕਸਰ ਜਿਹੜੇ ਵੀ ਕੋਈ ਫਿਲਮ ਬਣਾਉਂਦੇ ਨੇ, ਕੋਈ ਪ੍ਰੋਡਿਊਸਰ ਹੈ, ਕੋਈ ਡਾਇਰੈਕਟਰ ਹੈ, ਫਿਲਮ ਬਣਾਉਂਦੇ, ਉਹ ਕਮਰਸ਼ੀਅਲ ਐਂਗਲ ਸੋਚ ਕੇ ਬਣਾਉਂਦੇ ਪਹਿਲਾਂ। ਬਿਲਕੁਲ, ਔਰ ਮੈਨੂੰ ਨਹੀਂ ਲੱਗਦਾ ਕਿ ਇਹ ਫਿਲਮ ਲੋਕਾਂ ਨੇ ਦੇਖੀ ਵੀ ਹੋਏਗੀ, ਪਸੰਦ ਵੀ ਕੀਤੀ ਹੋਏਗੀ, ਵੀ ਇਹਦੇ ਤੋਂ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਜਾਂ ਖਰਚਾ ਵੀ ਪੂਰਾ ਹੋਇਆ ਹੋਊਗਾ ਜਾਂ ਇਸ ਤਰ੍ਹਾਂ ਦਾ, ਜਾਂ ਫਿਰ ਕਿਸੇ ਨੇ ਸਹਿਯੋਗ ਕੀਤਾ ਤੁਹਾਡਾ? ਨਹੀਂ, ਮੈਂ ਆਪਣਾ ਕੋਈ ਵੀ ਕੰਮ ਜਿੰਨੇ ਵੀ ਮੇਰੇ ਇਹ ਸੌਂਗਸ ਵੀ ਹੈ ਜਾਂ ਫਿਲਮ ਵੀ ਹੈ, ਇਹ ਕਮਰਸ਼ਲਾਈਜ਼ ਕੁਛ ਨਹੀਂ ਕੀਤਾ ਮੈਂ ਆਪਣਾ ਕੋਈ ਵੀ ਕੰਮ ਹੈ ਜਿਹੜਾ, ਅਤੇ ਕੁਛ ਬੜੇ ਚੰਗੇ ਜਿਹੜੇ ਮਿਊਜ਼ਿਕ ਡਾਇਰੈਕਟਰਸ ਜਿਵੇਂ ਵਰਿੰਦਰ ਬੱਚਨ ਜੀ, ਉਹਨਾਂ ਨੇ ਬਹੁਤ ਸੋਹਣਾ ਮਿਊਜ਼ਿਕ ਦਿੱਤਾ ਮੇਰੇ ਸੌਂਗਸ ਨੂੰ ਜੀ, ਔਰ ਬਾਕੀ ਹੋਰ ਕਮਰਸ਼ਲਾਈਜ਼ ਬਿਲਕੁਲ ਨਹੀਂ ਕੀਤਾ ਜੀ। ਅੱਛਾ ਡਾਕਟਰ ਸਾਹਿਬ, ਆਪਾਂ ਬਾਕੀ ਨਾਲ ਨਾਲ ਗੱਲਾਂ ਨਾਲ ਪੰਜਾਬੀ ਮਾਂ ਬੋਲੀ ਦਿਵਸ ਅਸੀਂ ਅੱਜ ਕਹਿ ਸਕਦੇ ਹਾਂ, ਮਾਂ ਬੋਲੀ ਦਿਵਸ ਹੈਗਾ ਅੱਜ, ਮਨਾਇਆ ਜਾਂਦਾ ਆਲ ਓਵਰ ਵਰਲਡ ਮਨਾਇਆ ਜਾਂਦਾ ਇਹ, ਬਹੁਤ ਹੀ ਸਾਰੇ ਪੰਜਾਬੀ ਅਸੀਂ ਹਾਂਜੀ ਬਹੁਤ ਹੀ ਅੱਜ ਦੇ ਦਿਨ ਦੀ ਵਧਾਈ, ਕਿਉਂਕਿ ਸਾਨੂੰ ਹੁਣ ਇਹ ਖਾਸ ਗੱਲ ਇਹ ਆ ਵੀ ਇੱਕ ਦਿਵਸ ਕਹਿ ਕੇ ਮਨਾਉਣਾ ਪੈ ਰਿਹਾ ਹੈ, ਅਤੇ ਅਦਰਵਾਈਜ਼ ਤਾਂ ਹਰ ਰੋਜ਼ ਹੀ ਸਾਡੀ ਪੰਜਾਬੀ ਆ ਜਿਹੜੀ ਉਹ ਜਿੰਨਾ ਅਸੀਂ ਕੋਸ਼ਿਸ਼ ਕਰੀਏ ਜਿੰਨਾ ਅੱਗੇ ਲਿਆਈਏ ਹਾਂਜੀ ਉਹਨਾਂ ਵੀ ਘੱਟ ਹੈ। ਮਤਲਬ ਜਿੰਨੀ ਰਿਚ ਇਹ ਬੋਲੀ ਹੈਗੀ ਆ, ਜਿੰਨੇ ਪੰਜਾਬੀਆਂ ਦੇ ਮਹਾਨ ਗਿਣੇ ਜਾਂਦੇ ਨੇ ਕੰਮਾਂ 'ਚ, ਉੱਥੇ ਹੀ ਡਾਕਟਰ ਸਾਹਿਬ ਇੱਕ ਦੇਖਣ ਵਾਲੀ ਚੀਜ਼ ਇਹ ਹੈ, ਖਾਸ ਤੌਰ 'ਤੇ ਪੰਜਾਬ ਦੀ ਗੱਲ ਕਰ ਲਈਏ ਚਾਹੇ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਕਰ ਲਈਏ, ਬਾਹਰਲੇ ਮੁਲਕਾਂ ਦੇ ਵਿੱਚ ਜਿਨ੍ਹਾਂ ਦੇ ਘਰ ਤਾਂ ਦਾਦੀ ਨਾਨੀ ਹੈਗੇ ਨੇ ਬੱਚਿਆਂ ਦੇ, ਦਾਦਾ ਦਾਦੀ ਨਾਨਾ ਨਾਨੀ, ਬਿਲਕੁਲ
ਉਹਨਾਂ ਦੇ ਘਰਾਂ ਦੇ ਵਿੱਚ ਤਾਂ ਬੱਚਿਆਂ ਨੂੰ ਮਜਬੂਰੀ ਨਾਲ ਪੰਜਾਬੀ ਬੋਲਣੀ ਪੈਂਦੀ ਆ, ਉਹਨਾਂ ਘਰਾਂ 'ਚ ਪੰਜਾਬੀ ਬਚੀ ਹੋਈ ਆ। ਅਦਰਵਾਈਜ਼ ਜਿਹਨਾਂ ਘਰਾਂ 'ਚ ਦਾਦਾ ਦਾਦੀ ਦਾਦਾ ਦਾਦੀ ਨਹੀਂ ਹੈ, ਨਾਨਾ ਨਾਨੀ, ਤਾਂ ਪੇਰੈਂਟਸ ਦੇ ਰਹੇ ਬੱਚਿਆਂ ਨਾਲ ਪੰਜਾਬੀ ਨਹੀਂ ਬੋਲਦੇ, ਜੋ ਕਿ ਇੱਕ ਬਹੁਤ ਵੱਡੀ ਤ੍ਰਾਸਦੀ ਹੈ। ਬਿਲਕੁਲ ਜੀ, ਇਹਦੇ ਨਾਲ ਦੇਖੋ ਬੜਾ ਹੀ ਜ਼ਰੂਰੀ ਹੈ, ਜੇ ਅਸੀਂ ਈਵਨ ਪੰਜਾਬ ਦੇ ਸਕੂਲਾਂ ਦੀ ਵੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਵੀ ਪੰਜਾਬੀ ਨਹੀਂ ਪੜ੍ਹਾਈ ਨਹੀਂ ਜਾਂਦੀ, ਬੋਲਣੀ ਤਾਂ ਦੂਰ ਦੀ ਗੱਲ ਹੈ। ਕਈ ਸਕੂਲਾਂ 'ਚ ਜੁਰਮਾਨਾ ਕਰ ਦਿੰਦੇ ਜੀ ਪੰਜਾਬੀ ਬੋਲਣ 'ਤੇ, ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ। ਇੱਥੇ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀ, ਇੱਥੇ ਸਰਕਾਰ ਦਾ ਰੋਲ ਆਉਂਦਾ ਪੂਰਾ ਜੀ। ਇਹ ਸਰਕਾਰ ਦੇ ਵਿੱਚ ਜਦੋਂ ਆਪਣੇ ਕੋਲ ਪੂਰਾ ਐਜੂਕੇਸ਼ਨ ਡਿਪਾਰਟਮੈਂਟ ਹੈ ਸਰਕਾਰ ਦਾ ਜੀ, ਅਤੇ ਉੱਥੇ ਫਿਰ ਲੈਂਗੁਏਜ ਡਿਪਾਰਟਮੈਂਟ ਵੀ ਹੈ, ਪਰ ਇਹ ਅਜੇ ਵੀ ਇਹ ਕਮੀ ਉੱਥੇ ਵੇਖਣ ਨੂੰ ਮਿਲਦੀ ਹੈ। ਅਤੇ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਕਿਵੇਂ ਲੱਗਦਾ ਤੁਹਾਨੂੰ? ਮੈਂ ਅਕਸਰ ਦੇਖਿਆ ਕਿ ਕੁਝ ਪਰਿਵਾਰਾਂ ਦੇ ਵਿੱਚ ਤਾਂ ਬਹੁਤ ਵਧੀਆ ਪੰਜਾਬੀ ਬੋਲਦੇ ਨੇ ਬੱਚੇ, ਪਰ ਕੁਝ ਪਰਿਵਾਰਾਂ ਦੇ ਵਿੱਚ ਪੇਰੈਂਟਸ ਹੀ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਪੰਜਾਬੀ ਬੋਲਣ। ਉਹਨਾਂ ਨੂੰ ਕੋਈ ਜ਼ਰੂਰ ਸੁਨੇਹਾ ਦਿਓ, ਪੰਜਾਬੀ ਮਾਂ ਬੋਲੀ ਸਾਡੀ ਇੰਨੀ ਮਿੱਠੀ ਬੋਲੀ ਹੈ, ਔਰ ਦੇਖੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਵਾਰਿਸ ਸ਼ਾਹ, ਨੰਦ ਲਾਲ ਨੂਰਪੁਰੀ, ਧਨੀ ਰਾਮ ਚਾਤਰਕ, ਕਿੱਡੇ ਕਿੱਡੇ ਸ਼ਾਇਰ ਹੋਏ ਨੇ ਜੀ, ਸ਼ਿਵ ਕੁਮਾਰ ਬਟਾਲਵੀ। ਅਤੇ ਇਹਦਾ ਕੀ ਹੱਲ ਹੈ? ਮੈਂ ਦੇਖਿਆ ਗੁਰੂ ਘਰਾਂ ਦੇ ਵਿੱਚ ਵੀ, ਮੈਂ ਦੇਖਿਆ ਘਰਾਂ ਦੇ ਵਿੱਚ ਅਤੇ ਗੁਰੂ ਘਰਾਂ ਦੇ ਵਿੱਚ ਵੀ ਲੋਕ ਪੰਜਾਬੀ ਨਹੀਂ ਬੋਲਦੇ ਬਾਲੀ। ਦੇਖੋ ਜੀ, ਇਹ ਬੜੀ ਸਾਡੀ ਖੁਸ਼ਕਿਸਮਤੀ ਹੈ ਵੀ ਗੁਰਬਾਣੀ ਜਿਹੜੀ ਤੁਰਕੀ ਬਾਣੀ ਹੈ ਉਹ ਸਾਨੂੰ ਪੰਜਾਬੀ ਵਾਲੇ ਰਾਹ 'ਤੇ ਤੋਰਦੀ ਹੈ। ਜੇ ਸਾਨੂੰ ਪੂਰੀ ਤਰ੍ਹਾਂ ਪੰਜਾਬੀ ਆਉਂਦੀ ਹੈ ਤਾਂ ਹੀ ਅਸੀਂ ਸਮਝ ਸਕਦੇ ਹਾਂ, ਅਤੇ ਜੇ ਅਸੀਂ ਆਪਦੇ ਘਰਾਂ 'ਚੋਂ ਹੀ ਪੰਜਾਬੀ ਨੂੰ ਜਿਹੜਾ ਛੱਡ ਦਿਆਂਗੇ ਤਾਂ ਫਿਰ ਗਾਂਹ ਗੁਰਬਾਣੀ ਤੋਂ ਵੀ ਪਰੇ ਹੋ ਜਾਣਗੇ ਲੋਕ। ਔਰ ਇਸ ਕਰਕੇ ਸਾਨੂੰ ਗੁਰਬਾਣੀ ਨਾਲ ਜੁੜੇ ਰਹਿਣ ਵਾਸਤੇ ਵੀ ਪੰਜਾਬੀ ਬਹੁਤ ਜ਼ਰੂਰੀ ਹੈ। ਔਰ ਜਿਹੜਾ ਆਪਾਂ ਜੇ ਹੁਣ ਇੱਥੇ ਅਮਰੀਕਾ ਵਰਗੇ ਮੁਲਕ 'ਚ ਬੈਠੇ ਹਾਂ, ਜੇ ਵੇਖੀਏ ਤਾਂ ਇਹਨਾਂ ਕੋਲ ਇੰਗਲਿਸ਼ ਦੇ ਵਿੱਚ ਅੰਕਲ ਹੀ ਹੈ ਸਾਰਾ ਕੁਛ। ਚਾਚਾ ਵੀ ਅੰਕਲ ਆ, ਤਾਇਆ ਵੀ ਅੰਕਲ ਆ, ਮਾਮਾ ਵੀ ਅੰਕਲ ਆ, ਗ੍ਰੈਂਡਪਾ। ਸਾਡੇ ਕੋਲ ਸਾਰੇ ਅਲੱਗ ਅਲੱਗ ਅਲੱਗ, ਐਡੀ ਰਿਚ ਲੈਂਗੁਏਜ ਹੈ। ਇਹਨਾਂ ਕੋਲ ਤਾਏ ਦਾ ਕੋਈ ਅੰਕਲ ਹੀ ਹੈ, ਅਸੀਂ ਤਾਇਆ ਜੀ ਕਹਿੰਦੇ ਹਾਂ, ਚਾਚਾ ਜੀ ਕਹਿੰਦੇ ਹਾਂ, ਮਾਸੜ ਜੀ, ਫੁੱਫੜ ਕਿੰਨਾ ਮਸ਼ਹੂਰ ਹੈ ਲਾਉਣਾ ਜੀ, ਤੁਸੀਂ ਵੀ ਇਹਨਾਂ ਦੇ ਤਾਂ ਸਾਰੇ ਗ੍ਰੈਂਡਪਾ ਰਹਿ ਗਿਆ, ਨਾਨਾ ਨਾਨੀ ਪਤਾ ਨਹੀਂ ਕਿਹੜਾ ਨਾਨਾ ਕਿਹੜਾ ਨਾਨੀ। ਅੱਛਾ, ਬ੍ਰਦਰ ਇਨ ਲਾ, ਮਤਲਬ ਇਹ ਨਹੀਂ ਪਤਾ ਲੱਗਦਾ ਸਾਲੇ ਦੀ ਗੱਲ ਕਰ ਰਿਹਾ ਕਿ ਜੀਜੇ ਦੀ ਗੱਲ ਕਰ ਰਿਹਾ ਦੀ ਗੱਲ ਕਰ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਪੰਜਾਬੀ ਦੇ ਵਿੱਚ ਹੈਗੀਆਂ ਨੇ, ਇਹਨਾਂ ਨੂੰ ਸਾਨੂੰ ਸਾਂਭਣ ਦੀ ਲੋੜ ਹੈਗੀ। ਬਿਲਕੁਲ ਬਿਲਕੁਲ। ਔਰ ਪੰਜਾਬੀਆਂ ਦੇ ਵਿੱਚ ਵੀ ਆਪਾਂ ਅਕਸਰ ਦੇਖਿਆ ਕਿ ਪਹਿਲਾਂ ਕੋਈ ਰਿਸ਼ਤੇ 'ਚ ਜੀਜੇ ਦੀ ਗੱਲ ਕਰੀਏ ਤਾਂ ਜੀਜਾ ਜੀ ਕਹਿੰਦੇ, ਸਾਰੇ ਕਹਿੰਦੇ ਸੀ, ਜਿੰਨੇ ਸਾਲੇ ਸਾਲੀਆਂ ਜੀਜਾ ਜੀ ਕਹਿੰਦੇ ਸੀ, ਅਤੇ ਅੱਜ ਕੱਲ੍ਹ ਉਹ ਵੀ ਨਹੀਂ ਰਹਿ ਗਿਆ ਜੀਜਾ ਜੀ ਵਾਲਾ, ਭਾਜੀ 'ਤੇ ਆ ਗਈ ਗੱਲ। ਚਲੋ ਭਾਜੀ ਵੀ ਠੀਕ ਹੈ, ਪਰ ਜਦੋਂ ਕਿਸੇ ਨਾਲ ਇੰਟਰੋਡਕਸ਼ਨ ਕਰਾਉਂਦੇ ਹੋ ਕਰਾਉਂਦੇ ਬ੍ਰਦਰ ਇਨ ਲਾ ਹੈਗਾ। ਇੱਥੇ ਉਹ ਹੀ ਜੇ ਆਪਾਂ ਜਿਵੇਂ ਹੁਣੇ ਭਰੂਣ ਹੱਤਿਆ ਦੀ ਗੱਲ ਕਰਕੇ ਹਟੇ ਹਾਂ, ਅਤੇ ਜੇ ਧੀਆਂ ਨੂੰ ਹੀ ਮਾਰੀ ਗਏ ਤਾਂ ਫਿਰ ਮਾਸੀ ਤਾਂ ਰਹਿਣੀ ਨਹੀਂ, ਸਾਲੀ ਤਾਂ ਰਹਿਣੀ ਨਹੀਂ। ਬਿਲਕੁਲ ਜੀ, ਫਿਰ ਤਾਂ ਇਹ ਰਿਸ਼ਤੇ ਹੀ ਖਤਮ ਹੋ ਜਾਣਗੇ। ਹਾਂਜੀ, ਪਰ ਅੱਜ ਕੱਲ੍ਹ ਡਾਕਟਰ ਸਾਹਿਬ ਲੱਗਦਾ ਜਿਵੇਂ ਲੋਕ ਅਵੇਅਰ ਹੋਏ ਨੇ, ਬਿਲਕੁਲ, ਜਿਵੇਂ ਕਿ ਧੀਆਂ ਦੀ ਰਿਸਪੈਕਟ ਵੀ ਕਰਦੇ ਨੇ, ਧੀਆਂ ਦੀ ਲੋਹੜੀ ਬਕਾਇਦਾ ਮੁੰਡਿਆਂ ਵਾਂਗੂ ਮਨਾਉਂਦੇ ਨੇ। ਬਿਲਕੁਲ, ਸੋ ਇੱਕ ਚੰਗਾ ਇਹ ਰੁਝਾਨ ਹੈਗਾ, ਲੇਕਿਨ ਅਜੇ ਵੀ ਪੰਜਾਬ ਦੇ ਵਿੱਚ, ਪੰਜਾਬ ਦੀ ਅਗਰ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਐਸੇ ਹੈਗੇ ਨੇ ਅਤੇ ਜਿਹੜੇ ਧੀਆਂ ਜੰਮਣ ਤੋਂ ਡਰਦੇ ਨੇ। ਈਵਨ ਅਸੀਂ ਇਹ ਨਹੀਂ ਕਿ ਆਮ ਲੋਕ ਤਾਂ ਚਲੋ ਤਾਂ ਡਰਦਾ ਵੀ ਮੈਂ ਉਹਨੂੰ ਪਾਲੂ ਕਿੱਦਾਂ, ਦਾਜ ਕਿੱਥੋਂ ਦੇਊਂਗਾ, ਜਿਹੜੇ ਵੱਡੇ ਲੋਕ ਨੇ ਇਹ ਵੀ ਬਹੁਤ ਸੋਚਣ ਵਾਲੀ ਗੱਲ ਹੈ, ਉਹ ਵੀ ਧੀਆਂ ਜੰਮਣ ਤੋਂ ਡਰਦੇ ਨੇ। ਇਹ ਕਾਰਨ ਕੀ ਹੈ ਪੰਜਾਬ ਦੇ ਵਿੱਚ, ਐਸੀ ਗੱਲ ਕਿਹੜੀ ਹੈ ਵੀ ਧੀਆਂ ਜੰਮਣ ਤੋਂ ਅਜੇ ਵੀ ਲੋਕ ਕਿਉਂ ਡਰਦੇ ਨੇ, ਜਦਕਿ ਹੁਣ ਇੱਕ ਬਹੁਤ ਵੱਡੇ ਪੱਧਰ 'ਤੇ ਜਾਗਰਤੀ ਆ ਚੁੱਕੀ ਹੈ? ਇਹਨੂੰ ਜੇ ਆਪਾਂ ਪੁਰਾਣੇ ਟਾਈਮ ਤੋਂ ਲੈ ਕੇ ਦੇਖੀਏ ਜੀ, ਤਾਂ ਬੜੇ ਹੀ ਹਮਲੇ ਸਾਡੇ ਦੇਸ਼ 'ਤੇ ਹੋਏ ਜੀ, ਅਤੇ ਉਹ ਸਾਰਿਆਂ ਦਾ ਜਿਹੜਾ ਸਭ ਤੋਂ ਜ਼ਿਆਦਾ ਪ੍ਰਕੋਪ ਪੰਜਾਬ ਨੂੰ ਝੱਲਣਾ ਪਿਆ ਜੀ। ਬਹੁਤ ਸਾਰੇ ਹਮਲੇ ਇਸ ਪਾਸੇ ਤੋਂ ਹੋਏ ਆ ਜੀ, ਅਤੇ ਉਸ ਵੇਲੇ ਆਪਾਂ ਸੁਣਦੇ ਹਾਂ, ਸਾਨੂੰ ਸਾਡਾ ਇਤਿਹਾਸ ਵੀ ਦੱਸਦਾ ਹੈ ਜੀ, ਵੀ ਕਿਵੇਂ ਹਿੰਦੁਸਤਾਨ ਦੇ ਵਿੱਚੋਂ ਬੱਚੀਆਂ ਨੂੰ ਲੈ ਜਾਂਦੇ ਸੀਗੇ ਉਸ ਵੇਲੇ ਦੇ ਜਿਹੜੇ ਵੀ ਹਮਲਾਵਰ ਸੀਗੇ, ਅਤੇ ਉਹ ਉਸ ਚੀਜ਼ ਦਾ ਉਦੋਂ ਦਾ ਡਰ ਪਿਆ ਹੋਇਆ ਲੋਕਾਂ ਦੇ ਵਿੱਚ, ਉਹ ਜਿਹੜਾ ਹੌਲੀ 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 ਚੱਲੀ ਜਾਂਦਾ। ਫਿਰ ਉਹਦੇ ਵਿੱਚ ਦਾਜ ਦੀ ਗੱਲ ਆ ਗਈ, ਜਿਵੇਂ ਤੁਸੀਂ ਹੁਣੇ ਦੱਸ ਕੇ ਹਟੇ ਹੋ, ਦਾਜ ਦੀ ਐਡੀ ਕੁ ਭੈੜੀ ਪ੍ਰਥਾ ਚੱਲੀ ਜਿਹੜੀ ਹੁਣ ਕੁਛ ਉਹ ਵੀ ਕਾਬੂ 'ਚ ਆ ਰਹੀ ਹੈ ਜੀ। ਫਿਰ ਇਕੱਲਾ ਦਾਜ ਹੀ ਨਹੀਂ, ਵਿਆਹ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਇਕੱਠ ਕਰਨਾ ਅਤੇ ਇੰਨਾ ਖਰਚਾ ਕਰਨਾ। ਹੁਣ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਜਿਹੜੇ ਕਿਸਾਨ ਹੈ, ਜਿਹੜੇ ਸਾਡੇ ਫਾਰਮਰ ਕਮਿਊਨਿਟੀ ਹੈ, ਉਹ ਸੁਸਾਈਡ ਕਰੀ ਜਾ ਰਹੇ। ਉਹਦਾ ਕਾਰਨ ਕੀ ਆ? ਉਹਨਾਂ ਦੇ ਖਰਚੇ ਜਿਹੜੇ ਵਿਆਹਾਂ 'ਤੇ ਬਹੁਤ ਜ਼ਿਆਦਾ। ਦਾਜ ਤਾਂ ਹੈ ਹੀ ਹੈ, ਬਾਕੀ ਖਰਚਾ ਵੀ ਬਹੁਤ ਜ਼ਿਆਦਾ, ਦਿਖਾਵਾ ਜੀ, ਆ ਦਿਖਾਵਾ।
ਅਤੇ ਈਵਨ ਜਿਵੇਂ ਕਹਿੰਦੇ ਹੁੰਦੇ ਆ ਵੀ ਜੇ ਦਾਦਾ ਮਰ ਜੇ ਊਂ ਉਹਦੀ ਭਾਵੇਂ ਕੋਈ ਜਿਉਂਦੇ ਦੀ ਪਰਵਾਹ ਨਾ ਕੀਤੀ ਹੋਵੇ, ਮਰਨ ਵੇਲੇ ਉਹਦਾ ਵਿਖਾਵਾ ਬਹੁਤ ਜ਼ਿਆਦਾ ਹੈ ਜੀ। ਬਿਲਕੁਲ, ਅੱਜ ਕੱਲ੍ਹ ਮੇਰੇ ਖਿਆਲ ਦਾ ਦਾਜ ਜਿਹੜੀ ਸਮੱਸਿਆ ਨਹੀਂ ਰਹੀ ਪੰਜਾਬ ਦੀ। ਅਗਰ ਗੱਲ ਕਰੀਏ ਦਾਜ ਦੇਣ ਜੋਗੇ ਲੋਕ ਹੈਗੇ ਨੇ, ਬਹੁਤ ਅਮੀਰ ਨੇ, ਮੇਨ ਇਹੀ ਰਹਿ ਗਏ ਕਿ ਸਿਕਿਓਰ ਨਹੀਂ ਹੈਗੀਆਂ ਕੁੜੀਆਂ ਸਾਡੇ ਇੱਧਰ। ਹੁਣ ਅੱਧੀ ਰਾਤ ਨੂੰ ਵੀ ਕੁੜੀਆਂ 12-1-2 ਵਜੇ ਜਾਂਦੀ, ਕੋਈ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ। ਬਿਲਕੁਲ, ਅਤੇ ਇੰਡੀਆ ਦੇ ਵਿੱਚ ਅਜੇ ਵੀ ਬਹੁਤ ਸਾਰੇ ਕੇਸ ਇਹੋ ਜਿਹੇ ਹੁੰਦੇ ਨੇ ਰੇਪ ਜਿਹੜੇ ਆਪਾਂ ਦੇਖਦੇ ਹੀ ਹਾਂ। ਬਿਲਕੁਲ, ਫਾਂਸੀ ਦੀ ਸਜ਼ਾ ਹੋਈ, ਉਹ 3-4 ਵਾਰੀ ਪੋਸਟਪੋਨ ਹੋ ਗਈ ਜੇ ਅਜੇ ਵੀ ਹੋਈ ਜਾ ਰਹੀ ਹੈ। ਸੋ ਅੱਜ ਕੱਲ੍ਹ ਅਗਰ ਅਸੀਂ ਗੱਲ ਕਰੀਏ ਤਾਂ ਲੋਕ ਅਗਰ ਧੀਆਂ ਜੰਮਣ ਤੋਂ ਡਰਦੇ ਨੇ, ਉਹਦਾ ਕਾਰਨ ਇਹ ਜਿਹੜੀ ਹੈਗੀ ਸਿਕਿਉਰਿਟੀ ਹੈ, ਸਿਕਿਉਰ ਨਹੀਂ ਹੈਗੇ ਤਾਂ ਡਰਦੇ। ਬਿਲਕੁਲ ਬਿਲਕੁਲ, ਬਾਕੀ ਜਿਵੇਂ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਲੁੱਟਿਆ ਕਿਵੇਂ ਗਿਆ, ਕਿਵੇਂ ਲੋਕ ਗਰੀਬ ਹੋ ਗਏ, ਤਾਂ ਹੀ ਉਹ ਫਿਰ ਉਹ ਧੀਆਂ ਨੂੰ ਜੰਮਣ ਤੋਂ ਵੀ ਡਰਨ ਲੱਗ ਗਏ। ਉਹਦੇ ਵਿੱਚ ਆਪਣੇ ਜਿਹੜੇ ਕਲਾਕਾਰ ਵੀ ਆ ਜਾਂਦੇ ਆ, ਕਲਾਕਾਰਾਂ ਦੇ ਜਿਹੜੇ ਗਾਣੇ ਆ ਕਿਸੇ ਇਹੋ ਜਿਹੀ ਕਿਸਮ ਦੇ ਆ, ਫਿਰ ਲੱਖਾਂ ਰੁਪਈਆ ਲੈਂਦੇ ਆ ਉਹਨਾਂ ਵਿਚਾਰਿਆਂ ਤੋਂ। ਉਹ ਪੰਜਾਬ ਦੀ ਕਿਸਾਨੀ ਤੋਂ ਹੀ ਜਾਂਦਾ ਜਿਹੜਾ ਇੱਕ ਇੱਕ ਸਿੰਗਰ ਜੇ ਹੁਣ 10-10, 12-12 ਲੱਖ ਲਊਗਾ ਤਾਂ ਉਹ ਹੁੰਦਾ ਕੀ ਹੈ ਵੀ ਇੱਕ ਦੂਜੇ ਤੋਂ ਚੜ੍ਹ ਕੇ ਵੀ ਉਹਨੇ ਫਲਾਨੇ ਨੂੰ ਲਿਆਉਂਦਾ ਤਾਂ ਮੈਂ ਵੀ ਉਹੋ ਹੀ ਲਿਆਉਣਾ ਹੈ ਜੀ, ਉਹਦੇ ਨਾਲ ਫਿਰ ਹੋਰ ਖਰਚੇ ਵਧੀ ਜਾਂਦੇ ਆ ਜੀ। ਡਾਕਟਰ ਸਾਹਿਬ ਇੱਕ ਬ੍ਰੇਕ ਲੈਣੀ ਪਏਗੀ, ਬ੍ਰੇਕ ਤੋਂ ਬਾਅਦ ਅਸੀਂ ਤੁਹਾਡੀਆਂ ਕਾਲਾਂ ਬਕਾਇਦਾ ਲਵਾਂਗੇ। ਡਾਕਟਰ ਸਾਹਿਬ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਸਵਾਲ ਡਾਕਟਰ ਸਾਹਿਬ ਨੂੰ ਕਰਨਾ ਚਾਹੁੰਦੇ ਹੋ, ਪੰਜਾਬੀ ਮਾਂ ਬੋਲੀ ਦੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ। ਬ੍ਰੇਕ ਤੋਂ ਬਾਅਦ ਅਸੀਂ ਕਾਲਾਂ ਵੀ ਲਵਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਆ ਜੀ ਸਾਡੇ ਨਾਲ ਮਹਿਮਾਨ ਡਾਕਟਰ ਗੁਰਮੇਲ ਸਿੰਘ, ਜੋ ਕਿ ਸਿੱਖ ਬੁੱਧੀਜੀਵੀ ਵੀ ਅਸੀਂ ਕਹਿ ਸਕਦੇ ਹਾਂ, ਪ੍ਰੋਡਿਊਸਰ ਡਾਇਰੈਕਟਰ ਔਰ ਪੇਸ਼ੇ ਵਜੋਂ ਡਾਕਟਰ ਨੇ। ਇਹਨਾਂ ਨਾਲ ਗੱਲਬਾਤ ਚੱਲ ਰਹੀ ਆ, ਅਗਲੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਧੰਨਵਾਦ ਜੀ। ਅਤੇ ਇਹ ਤੁਸੀਂ ਕਾਫੀ ਗੀਤ ਲਿਖੇ ਨੇ ਹਾਂ ਜੀ, ਕਾਫੀ ਯੂਟਿਊਬ 'ਤੇ ਅਗਰ ਅਸੀਂ ਧੀਆਂ ਦੀ ਗੱਲ ਕਰੀਏ, ਧੀਆਂ ਵੀ ਯੂਟਿਊਬ 'ਤੇ ਤੁਹਾਡੀ ਪਈ ਹੋਈ ਹੈ ਵੀ ਪੂਰੀ ਫਿਲਮ, ਹੈ ਨਾ? ਹਾਂਜੀ ਹਾਂਜੀ। ਇਹਦੇ ਅਲੱਗ ਗਾਣੇ ਵੀ ਅਲੱਗ ਪਏ ਨੇ। ਹਾਂਜੀ, ਤੁਸੀਂ ਭਗਤ ਸਿੰਘ ਜੀ ਬਾਰੇ ਵੀ ਲਿਖਿਆ ਗਾਣਾ। ਹਾਂਜੀ, ਨਸ਼ਿਆਂ ਬਾਰੇ ਵੀ ਲਿਖਿਆ। ਹਾਂਜੀ, ਨਸ਼ਿਆਂ ਬਾਰੇ ਜਿਹੜਾ ਸੀ ਉਹਦੀਆਂ 2 ਲਾਈਨਾਂ ਦੱਸੋ ਸਾਡੇ ਦਰਸ਼ਕ ਨੂੰ ਕੀ ਸੀਗਾ। ਨਸ਼ਿਆਂ 'ਤੇ ਜਿਹੜਾ ਸੋਹਣੇ ਹੋ ਪੰਜਾਬ ਦੇ ਦੁਲਾਰਿਓ, ਨਸ਼ਿਆਂ ਤੋਂ ਬਚ ਕੇ ਰਹੋ ਜੀ, ਮਾਵਾਂ ਭੈਣਾਂ ਦੀਆਂ ਅੱਖੀਆਂ ਦੇ ਤਾਰਿਓ, ਨਸ਼ਿਆਂ ਤੋਂ ਬਚ ਕੇ ਰਹੋ। ਅਤੇ ਭਗਤ ਸਿੰਘ ਜੀ ਬਾਰੇ 2 ਸੌਂਗ ਆ ਮੇਰੇ ਜੀ। ਇੱਕ ਤਾਂ ਹੈਗਾ ਉਹ ਚੜ੍ਹ ਗਿਆ ਸੂਲੀ 'ਤੇ, ਉਮਰ ਜਾਂ ਘੋੜੀ ਚੜ੍ਹਨ ਦੀ ਆਈ ਜੀ, ਜਾਂ ਵਾ ਸਦਕੇ ਭਗਤ ਸਿੰਘ ਤੋਂ ਫਾਂਸੀ ਚੁੰਮ ਕੇ ਗੱਲ ਨਾਲ ਲਾਈ। ਅਤੇ ਦੂਸਰਾ ਹੈਗਾ ਅੱਜ ਲੋੜ ਹੈ ਤੇਰੀ ਵੇ ਭਗਤ ਸਿਆਂ, ਫਿਰ ਮਾਰ ਜਾ ਗੇੜਾ। ਵਾਹ ਜੀ ਵਾਹ ਜੀ। ਐਂ ਮੈਂ ਕਹਿੰਦਾ ਇਹਦੀਆਂ 2 ਲਾਈਨਾਂ ਥੋੜ੍ਹਾ ਜਿਹਾ ਗੁਣਗੁਣਾ ਕੇ ਸੁਣਾ ਦਿਓ, ਅੱਜ ਲੋੜ ਹੈ ਭਗਤ ਸਿਆਂ। ਬਹੁਤ ਵਧੀਆ ਰਿਦਮ, ਬੜੀ ਵਧੀਆ ਗਾਣੇ ਦੀ ਇਹਦੀ। ਦੇਖੋ ਅਗਰ ਨਹੀਂ ਕੋਈ ਨਹੀਂ ਆਪਾਂ ਜੇ ਜੀ। ਅੱਜ ਲੁੱਟ ਲਿਆ ਲੋਕਾਂ ਨੇ ਸੋਹਣਾ ਦੇਸ਼ ਭਗਤ ਸਿਆਂ ਤੇਰਾ, ਹੁਣ ਲੋੜ ਹੈ ਤੇਰੀ ਵੇ ਵੀਰਾ, ਫੇਰ ਮਾਰ ਜਾ ਗੇੜਾ। ਕਿਆ ਬਾਤ ਹੈ ਜੀ, ਬਹੁਤ ਵਧੀਆ ਜੀ। ਕਾਲਾਂ ਲੈ ਲਈਏ ਡਾਕਟਰ ਸਾਹਿਬ ਇੱਕ ਦੋ ਨਾਲ। ਹਾਂਜੀ ਹਾਂਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਧੀਰ ਸਾਹਿਬ। ਹਾਂਜੀ, ਗੁਰਮੇਲ ਸਿੰਘ ਜੀ ਬੋਲਦਾ ਜੀ। ਡਾਕਟਰ ਸਾਹਿਬ ਤੁਹਾਨੂੰ ਪਹਿਲਾਂ ਤਾਂ ਇੱਥੇ ਸਟੂਡੀਓ ਦੇ ਵਿੱਚ ਆਉਣ ਦਾ ਬਹੁਤ ਬਹੁਤ ਸਵਾਗਤ ਜੀ। ਤੁਹਾਡੀਆਂ ਗੱਲਾਂ ਤੋਂ ਬਹੁਤ ਮੈਂ ਪ੍ਰਭਾਵਿਤ ਹੋਇਆ, ਕਿਉਂਕਿ ਜਿਹੜਾ ਤੁਸੀਂ ਗੀਤ ਗਾਇਆ ਤੇ ਨਾਲ ਮੇਰੀ ਵਾਈਫ ਵੀ ਬੈਠੀ ਸੁਣਦੀ ਸੀ, ਸਾਨੂੰ ਬਹੁਤ ਅੱਛਾ ਲੱਗਿਆ, ਕਿਉਂਕਿ ਮੇਰੇ ਵੀ ਇੱਕ ਬੇਟੀ ਆ। ਹਾਂਜੀ, ਤੇ ਉਹ ਅੱਛਾ। ਹੁਣ ਤੁਸੀਂ ਦੇਖੋ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਸੀ ਰਾਜ ਕੌਰ, ਉਹ ਵੀ ਘੜੇ ਦੇ ਵਿੱਚੋਂ ਦੱਬੀ ਹੋਈ ਕੱਢੀ ਗਈ ਸੀ, ਜਦਕਿ ਉਹਨੇ ਇਸੇ ਇੰਨੇ ਵੱਡੇ ਮਹਾਰਾਜੇ ਨੂੰ ਜਨਮ ਦਿੱਤਾ। ਬਿਲਕੁਲ। ਬਾਕੀ ਮੈਂ ਗੱਲ ਕਰਨੀ ਚਾਹੁੰਦਾ ਪੰਜਾਬੀ ਦੀ। ਪੰਜਾਬੀ ਦੇਖੋ ਸਾਡੇ ਬਾਬਾ ਸ਼ੇਖ ਫਰੀਦ ਤੋਂ ਲੈ ਕੇ ਹੁਣ ਤੱਕ ਕਿੰਨੇ ਲੋਕ ਲਿਖਾਰੀ ਹੋਏ ਨੇ, ਵੱਡੇ ਵੱਡੇ ਫਿਲਾਸਫਰ ਹੋਏ ਨੇ, ਪੀਰ ਪੈਗੰਬਰ ਹੋਏ ਨੇ ਜੀ। ਤੇ ਦੇਖੋ ਪੰਜਾਬੀ ਦੀ ਪਾਕਿਸਤਾਨ ਦੇ ਵਿੱਚ ਲੋਕੀ ਆਪਣੇ ਬੱਚਿਆਂ ਨਾਲ ਉਰਦੂ ਬੋਲਦੇ ਨੇ, ਸਾਡੇ ਇੱਧਰ ਹਿੰਦੀ ਅੰਗਰੇਜ਼ੀ, ਇਹ ਬਹੁਤ ਵੱਡਾ ਨੁਕਸਾਨ ਕਰਦੇ ਨੇ। ਅੱਜ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਡਾਕਟਰ ਸਾਹਿਬ। ਅੱਜ ਸਾਡੇ ਸਿੱਖ ਇਤਿਹਾਸ ਦੇ ਵਿੱਚ ਅੱਜ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸੀ। ਹਾਂਜੀ, ਤੇ ਇਹ ਨਨਕਾਣਾ ਸਾਹਿਬ ਦਾ ਸਾਕਾ, ਨਨਕਾਣਾ ਸਾਹਿਬ ਜਦੋਂ ਮਹਾਰਾਜਾ ਰਣਜੀਤ ਸਿੰਘ ਮੁਲਤਾਨ ਦੀ ਜੰਗ ਜਿੱਤ ਕੇ ਆਏ ਸੀ 1818 ਦੇ ਵਿੱਚ, ਉਹਨਾਂ ਨੇ ਇਸ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ 1819 ਦੇ ਵਿੱਚ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਜਿੱਥੇ ਜਨਮ ਸਥਾਨ ਜਿਹੜਾ ਗੁਰੂ ਨਾਨਕ ਸਾਹਿਬ ਦਾ ਉਹ ਬਣਾਇਆ ਸੀ, ਉਹਦੇ ਨਾਲ ਉਹਨਾਂ ਨੇ
20,000 ਏਕੜ ਜ਼ਮੀਨ ਵੀ ਲਾਏ ਸੀ ਇੱਥੇ। ਫਿਰ ਹਿੰਦੂ ਮਹੰਤਾਂ ਨੂੰ ਅੰਗਰੇਜ਼ਾਂ ਨੇ ਜਦੋਂ ਸਿੱਖਾਂ ਦਾ ਰਾਜ ਚੱਲਿਆ ਗਿਆ ਇਹ ਗੁਰਦੁਆਰੇ ਦੇ ਤੇ ਮਹੰਤ ਨਰੈਣੂ ਨੇ ਆਪਣੇ ਨਾਲ ਬਦਮਾਸ਼ੀਆਂ ਕਰਨ ਲੱਗ ਪਿਆ। ਅੱਜ ਅਸੀਂ ਧੀਆਂ ਦੀਆਂ ਗੱਲਾਂ ਕਰਦੇ ਹਾਂ, ਉੱਥੇ ਔਰਤਾਂ ਦੀਆਂ ਆਦਮਤਾਂ ਲੁੱਟਣੀਆਂ ਸੀ ਤੇ ਲੋਕਾਂ ਨੂੰ ਲੁੱਟਿਆ ਜਾਂਦਾ ਸੀ। ਤੇ ਅੱਛਾ ਹੁਣ ਤੁਸੀਂ ਦੇਖੋ ਇੱਕ ਸਿੰਧ ਤੋਂ ਇੱਕ ਬਾਪ ਆਪਣੀ ਬੇਟੀ 14 ਸਾਲ ਦੀ ਨੂੰ ਲੈ ਕੇ ਆਇਆ ਸੀ ਨਨਕਾਣਾ ਸਾਹਿਬ, ਉਹਨੇ ਉਹ ਬਾਪ ਨੂੰ ਵੀ ਕੁੱਟਿਆ ਮਾਰਿਆ ਤੇ ਉਹਦੀ ਬੇਟੀ ਦੀ ਇੱਜ਼ਤ ਲੁੱਟੀ। ਤੇ ਉਸ ਤੋਂ ਬਾਅਦ ਅੰਮ੍ਰਿਤਸਰ ਆਇਆ ਰੁੰਦਾ ਪਿੰਡ ਦਾ, ਉਦੋਂ ਬਾਬਾ ਖੜਕ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ, ਉਹਨਾਂ ਨੇ ਫਿਰ ਇਹ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕੀਤੀ। 3 ਵਾਰੀ ਸੁਨੇਹੇ ਭੇਜੇ ਪਰ ਉਹ ਨਹੀਂ ਮੰਨਿਆ ਤੇ ਅਖੀਰ ਨੂੰ ਭਾਈ ਲਛਮਣ ਸਿੰਘ ਧਾਰੋਵਾਲ ਹੀ ਗਏ ਉੱਥੇ ਜੱਥਾ ਲੈ ਕੇ। ਉੱਥੇ ਉਹਨੇ ਆਪਣੇ ਗੰਡਾਸੇ ਕਿਰਪਾਨਾਂ ਬੰਦੂਕਾਂ ਮਿੱਟੀ ਦੇ ਤੇਲ ਦੇ ਪੀਪੇ ਟਾਕੂਏ ਵਗੈਰਾ ਤਲਵਾਰਾਂ ਰੱਖੀਆਂ ਕਰ ਰੱਖੀਆਂ, ਉਹਨੇ ਹਮਲਾ ਕਰਤਾ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜੰਡ ਦੇ ਨਾਲ, ਉਹ ਜੰਡ ਅੱਜ ਵੀ ਖੜਾ ਉੱਥੇ ਦਰਖਤ, ਜੰਡ ਦੇ ਨਾਲ ਪੁੱਠਾ ਲਟਕਾ ਕੇ ਉਹਨੂੰ ਸ਼ਹੀਦ ਕਰਤਾ। ਤੇ ਸਿੰਘਾਂ ਦੀਆਂ ਲਾਸ਼ਾਂ ਜਿਹੜੀਆਂ ਸੀ ਪਿੱਛੇ ਘੁਮਿਆਰਾਂ ਦਾ ਆਵਾ ਸੀ ਉਹਦੇ ਵਿੱਚ ਸੁੱਟ ਕੇ ਸ਼ਹੀਦ ਕਰਤਾ। ਇਹ ਬਹੁਤ ਵੱਡਾ ਹਾਦਸਾ ਹੋਇਆ ਸੀ ਜੀ। ਤੇ ਉਸ ਤੋਂ ਬਾਅਦ ਫਿਰ ਇਹ ਲਹਿਰ ਹੋਰ ਤੇਜ਼ ਹੋ ਗਈ ਸੀ, ਕਬਜ਼ਾ ਲੈ ਲਿਆ ਗਿਆ ਸੀ। ਮੈਂ ਤੁਹਾਡਾ ਆਉਣ ਦਾ ਫਿਰ ਇੱਥੇ ਇੱਕ ਵਾਰੀ ਤੁਹਾਡਾ ਸ਼ੁਕਰਾਨਾ ਕਰਦਾ, ਤੁਹਾਡਾ ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ ਡਾਕਟਰ ਸਾਹਿਬ। ਟਾਈਮ ਦਾ ਪਤਾ ਹੀ ਨਹੀਂ ਲੱਗਦਾ, ਬਿਲਕੁਲ ਫਟਾਫਟ ਭੱਜਾ ਜਾਂਦਾ, ਪਰ ਇੱਕ ਵਾਰ ਫਿਰ ਸਾਨੂੰ ਬ੍ਰੇਕ ਜਿਹੜੀ ਆ ਉਹ ਲੈਣੀ ਪਏਗੀ। ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਮੇਰੇ ਨਾਲ ਮਹਿਮਾਨ ਨੇ ਸਾਡੇ ਕੋਲ ਡਾਕਟਰ ਗੁਰਮੇਲ ਸਿੰਘ ਜੀ, ਇਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਜਾਰੀ ਰੱਖਦੇ ਹਾਂ। ਡਾਕਟਰ ਸਾਹਿਬ ਗੱਲਬਾਤ ਜਿਹੜੀ ਚੱਲ ਰਹੀ ਸੀ, ਜਿਹੜੇ ਕੰਮ ਤੁਸੀਂ ਕਰ ਰਹੇ ਹੋ ਵੈਸੇ ਕਾਫੀ, ਚਾਹੇ ਭਰੂਣ ਹੱਤਿਆ ਦੀ ਗੱਲ ਕਰ ਲਈਏ, ਚਾਹੇ ਨਸ਼ੇ ਰੋਕਣ ਦੀ ਗੱਲ ਕਰ ਲਈਏ, ਚਾਹੇ ਪੰਜਾਬ ਦੇ ਸਿਸਟਮ ਦੀ ਗੱਲ ਕਰ ਲਈਏ, ਵੈਸੇ ਤਕਰੀਬਨ ਤਕਰੀਬਨ ਜਿਹੜੇ ਕੰਮ ਸਰਕਾਰਾਂ ਦੇ ਆ ਜੀ ਉਹ ਤੁਸੀਂ ਕਰ ਰਹੇ ਹੋ, ਅਤੇ ਕੀ ਤੁਸੀਂ ਸੋਚਦੇ ਨਹੀਂ ਵੀ ਅਗਰ ਸਰਕਾਰਾਂ ਚਾਹੁਣ, ਸਰਕਾਰ ਕੋਈ ਵੀ ਹੈ ਚਾਹੇ, ਅਗਰ ਚਾਹੇ ਤਾਂ ਇਹ ਸਾਰਾ ਕੁਛ ਰੋਕ ਸਕਦੀ ਹੈ, ਚਾਹੇ ਉਹ ਨਸ਼ਿਆਂ ਦੀ ਗੱਲ ਕਰੀਏ, ਚਾਹੇ ਅਸੀਂ ਭਰੂਣ ਹੱਤਿਆ ਦੀ ਗੱਲ ਕਰੀਏ, ਚਾਹੇ ਅਸੀਂ ਪੰਜਾਬ ਦੇ ਵਿੱਚ ਕਰਪਸ਼ਨ ਦੀ ਗੱਲ ਕਰੀਏ, ਚਾਹੇ ਅਸੀਂ ਬਾਕੀ ਹੋਰ ਹੈਲਥ ਸਿਸਟਮ ਜਾਂ ਜਿਹੜਾ ਵੀ ਸਿਸਟਮ ਹੈਗਾ, ਕੀ ਚਾਹੁਣ ਤਾਂ ਇਹ ਰੋਕ ਨਹੀਂ ਸਕਦੀਆਂ, ਜਾਂ ਕੀ ਵਿਚਾਰ ਨੇ ਤੁਹਾਡੇ? ਬਿਲਕੁਲ ਜੀ, ਸਰਕਾਰ ਦੇ ਹੱਥ ਦੇਖੋ ਸਾਰੇ ਡਿਪਾਰਟਮੈਂਟ ਵੀ ਅਲੱਗ ਅਲੱਗ ਹੈਗੇ ਆ, ਜਿਵੇਂ ਐਜੂਕੇਸ਼ਨ ਦਾ ਡਿਪਾਰਟਮੈਂਟ ਹੋ ਗਿਆ, ਹੈਲਥ ਐਂਡ ਫੈਮਿਲੀ ਵੈਲਫੇਅਰ ਦਾ ਹੋ ਗਿਆ ਜੀ, ਔਰ ਪੁਲਿਸ ਡਿਪਾਰਟਮੈਂਟ ਹੈ, ਜੁਡੀਸ਼ਰੀ ਹੈ, ਔਰ ਉਹਦੇ ਵਿੱਚ ਹੁਣ ਜੇ ਥੋੜ੍ਹੀ ਵਿਲ ਪਾਵਰ ਹੋਵੇ ਤਾਂ ਜ਼ਰੂਰ ਰੋਕਿਆ ਜਾ ਸਕਦਾ। ਕੋਈ ਇਹ ਨਹੀਂ ਹੈ ਵੀ ਉਹਦੇ 'ਚ ਡੰਡਾ ਖੜਕਾ ਕੇ ਸਾਰਾ ਕੰਮ ਹੁੰਦਾ, ਜਿਹੜਾ ਹਿਊਮਨ ਬਿਹੇਵੀਅਰ ਹੈ ਉਹਨੂੰ ਬੜੇ ਤਰੀਕੇ ਹੈਗੇ ਆ, ਜਿਹੜੇ ਐਜੂਕੇਸ਼ਨ ਹੈਗੀ ਹੈ ਅਤੇ ਜਿਹੜੀ ਅਵੇਅਰਨੈਸ ਹੈਗੀ ਹੈ ਉਹਦੇ ਨਾਲ ਅਸੀਂ ਇਹ ਸਾਰੀਆਂ ਜਿੰਨੀਆਂ ਵੀ ਸੋਸ਼ਲ ਈਵਲਸ ਹੈ ਇਹਨਾਂ ਨੂੰ ਦੂਰ ਕਰ ਸਕਦੇ। ਅੱਛਾ, ਇੱਕ ਜੇ ਆਪਾਂ ਤੁਸੀਂ ਨੋਟ ਕੀਤੀ ਹੋਊ ਗੱਲ ਪੰਜਾਬ ਦੀ, ਇਹ ਖਾਸ ਤੌਰ 'ਤੇ ਗੱਲ ਕਰੀਏ, ਜਦੋਂ ਇਲੈਕਸ਼ਨਾਂ ਹੁੰਦੀਆਂ ਜੀ, ਕੋਡ ਆਫ ਕੰਡਕਟ ਲੱਗਦਾ ਮਹੀਨਾ ਪਹਿਲਾਂ, ਸਵਾ ਮਹੀਨਾ ਪਹਿਲਾਂ, ਉਨੇ ਸਮੇਂ ਦੇ ਵਿੱਚ ਨਾ ਤਾਂ ਕੋਈ ਚੋਰੀ ਹੁੰਦੀ ਹੈ, ਨਾ ਕੋਈ ਡਾਕਾ ਪੈਂਦਾ ਕਿਸੇ ਬੈਂਕ 'ਚ, ਨਾ ਕਿਸੇ ਬੀਬੀ ਦੀਆਂ ਵਾਲੀਆਂ ਲੈਂਦੀਆਂ, ਨਾ ਕਿਸੇ ਦਾ ਮੋਟਰਸਾਈਕਲ ਖੋ ਹੁੰਦਾ, ਨਾ ਕੋਈ ਰੇਪ ਹੁੰਦਾ, ਇਹਦਾ ਕੀ ਕਾਰਨ ਹੈ? ਜਦੋਂ ਸਰਕਾਰਾਂ ਹੁੰਦੀਆਂ ਉਦੋਂ ਕਿਉਂ ਹੁੰਦਾ? ਬਿਲਕੁਲ, ਦੇਖੋ ਇੱਥੇ ਉਹੀ ਗੱਲ ਆ ਜਾਂਦੀ ਹੈ ਵੀ ਜਦੋਂ ਹੱਥ 'ਚ ਪਾਵਰ ਆ ਜਾਂਦੀ ਹੈ ਨਾ, ਉਸ ਵੇਲੇ ਫਿਰ ਢਿੱਲੇ ਹੋ ਜਾਂਦੇ ਆ ਜੀ, ਵੀ ਹੁਣ ਤਾਂ ਚਲੋ 5 ਸਾਲ ਤੱਕ ਕੋਈ ਨਹੀਂ ਸਾਡੇ ਕੋਲ ਹੀ ਆ ਪਾਵਰ, ਉਸ ਤੋਂ ਪਹਿਲਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਜਦੋਂ ਕੋਡ ਆਫ ਕੰਡਕਟ ਲੱਗਦਾ ਉਸ ਵੇਲੇ ਹੁੰਦਾ ਕਿ ਹੁਣ ਪਾਵਰ ਲੈਣੀ ਹੈ ਤਾਂ ਉਹ ਲੋਕਾਂ ਨਾਲ ਵਾਅਦੇ ਵੀ ਉਸ ਤਰ੍ਹਾਂ ਦੇ ਕੀਤੇ ਜਾਂਦੇ ਆ, ਪਰ ਬਾਅਦ ਦੇ ਵਿੱਚ ਉਹ ਸਾਰਾ ਕੁਝ ਭੁੱਲ ਜਾਂਦੇ। ਨਹੀਂ, ਮੇਰਾ ਖਿਆਲ ਇਹ ਹੈ ਕਿ ਜਦੋਂ ਕੋਡ ਆਫ ਕੰਡਕਟ ਲੱਗਿਆ ਹੁੰਦਾ ਉਦੋਂ ਕਿਸੇ ਦਾ ਫੋਨ, ਲੀਡਰ ਦਾ ਫੋਨ ਜਾਂ ਕਿਸੇ ਨੂੰ ਉਹਦੀ ਵੈਲਿਊ ਨਹੀਂ ਹੁੰਦੀ ਉਨੇ ਸਮੇਂ ਦੇ ਵਿੱਚ, ਅਤੇ ਤਾਂ ਕਰਕੇ ਸ਼ਾਇਦ ਉਦੋਂ ਲੋਕ ਜਿਹੜੀ ਹੈਗੀ ਆ, ਕਿਉਂਕਿ ਸਿੱਧਾ ਪੁਲਿਸ ਨੇ ਵੀ ਕਿਸੇ ਦੀ ਸੁਣਨੀ ਨਹੀਂ। ਹੁਣ ਕੋਈ ਕ੍ਰਾਈਮ ਕਰਦਾ, ਕੋਈ ਲਾਈਟਾਂ ਤੋਂ ਜੇ ਲੰਘਿਆ, ਰੈੱਡ ਲਾਈਟ ਕ੍ਰੋਸ ਕੀਤੀ, ਉਹਨੂੰ ਪਤਾ 100 ਰੁਪਏ ਦੀ ਮਾਰ ਆ, ਪੁਲਿਸ ਵਾਲੇ ਦੇ ਦਿਓ, ਅਤੇ ਉਦੋਂ ਸ਼ਾਇਦ ਇਹ ਫੋਨ ਜਿਹੜੇ ਲੀਡਰ ਹੈ ਉਹਨਾਂ ਦੇ ਫੋਨ ਮੰਨਦੇ ਨਹੀਂ ਅਫਸਰ ਜਿਹੜੇ। ਬਿਲਕੁਲ, ਦੇਖੋ ਜਿੰਨੀ ਪਾਵਰ ਅਫਸਰਾਂ ਦੇ ਕੋਲ ਹੈਗੀ ਹੈ, ਪਰ ਉਹ ਜੇ ਈਵਨ ਬਾਅਦ ਦੇ ਵਿੱਚ ਵੀ ਸਰਕਾਰਾਂ ਬਣਨ ਦੇ ਬਾਅਦ ਵੀ ਜੇ ਆਪਦਾ ਸਹੀ ਇਮਾਨਦਾਰੀ ਦੇ ਨਾਲ ਕੰਮ ਕਰਨ ਜੀ ਤਾਂ ਬਹੁਤ ਕੁਛ ਚੇਂਜਸ ਆ ਸਕਦੀਆਂ ਜੀ। ਡਾਕਟਰ ਸਾਹਿਬ, ਬਾਕੀ ਗੱਲਬਾਤ ਜਾਰੀ ਹੈ ਅਤੇ ਆਪਾਂ ਕਾਲ ਲੈ ਲਈਏ ਇੱਕ ਅੱਧੀ ਹੋਰ। ਹੈਲੋ, ਜੇਕਰ ਸਮਾਜ ਇਸ ਨੂੰ ਸਮਝੇ ਤਾਂ, ਪਰ ਜੋ ਮੇਰੀ ਨੌਲੇਜ ਹੈ ਜੀ, ਧੀਆਂ ਨੂੰ ਮਾਰਨ ਦਾ ਤਾਂ
ਬਹੁਤ ਪੁਰਾਣਾ ਸਦੀਆਂ ਤੋਂ ਹੀ ਇਹ ਚੱਲਿਆ ਆ ਰਿਹਾ ਹੈ ਜੀ। ਰਾਜੇ ਮਹਾਰਾਜੇ ਵੀ ਮਾਰਦੇ ਰਹੇ, ਠੀਕ ਨੀ। ਉਦੋਂ ਕੀ ਕਾਰਨ ਸੀ ਤੇ ਹੁਣ ਕੀ ਕਾਰਨ ਨੇ ਜੀ? ਕਾਰਨ ਸੇਮ ਹੀ ਆ ਜੀ। ਉਦੋਂ ਵੀ ਧੀ ਵਾਲਾ ਜਿੰਨਾ ਮਰਜ਼ੀ ਦਾਜ ਦੇ ਦੇਵੇ ਫਿਰ ਵੀ ਪੁੱਤ ਵਾਲੇ ਦੇ ਥੱਲੇ ਲੱਗਣਾ ਪੈਂਦਾ ਸੀ, ਉਹਨੂੰ ਹੱਥ ਜੋੜਨੇ ਪੈਂਦੇ ਸੀ ਜੀ, ਜੋੜਨੇ ਪੈਂਦੇ ਸੀ। ਇਹ ਕੋਈ ਪਤਾ ਨਹੀਂ ਸਮਾਜ 'ਚ ਬਿਮਾਰੀ ਕੌਣ ਦੀ ਬੜੀ ਹੈਗੀ ਤੇ ਉਹਦਾ ਹੱਲ ਨਹੀਂ ਲੱਭਾ। ਫਿਰ ਲੋਕਾਂ ਨੇ ਇਹੀ ਹੱਲ ਉਹਦਾ ਲੱਭਿਆ ਸੀਗਾ ਵੀ ਇਹੀ ਕੰਮ ਕਰੋ, ਠੀਕ ਨਹੀਂ। ਜਿਵੇਂ ਮਹਾਰਾਜ ਰਣਜੀਤ ਸਿੰਘ ਦੀ ਮਾਂ ਦੀ ਵੀ ਗੱਲ ਹੋਈ ਆ, ਉਹ ਕਿਉਂ ਮਾਰਨ ਲੱਗੇ ਸੀ, ਠੀਕ ਨਹੀਂ। ਤੇ ਅੱਛਾ ਜਿਹੜੇ ਉਹ ਦੇਖੋ ਜੀ, ਹੁਣ ਤਾਂ ਹੈਗੇ ਇਹ ਟੈਸਟ ਆ ਗਏ ਆ, ਅਗਰ ਸਮਾਜ ਅਸੀਂ ਆਪਣੇ ਸਮਾਜ ਵਿਚ ਇਹ ਗੱਲ ਬਣਾ ਲਈਏ ਵੀ ਦਾਜ ਦੇਣਾ ਵੀ ਲਾਹਣਤ ਤੇ ਲੈਣਾ ਵੀ ਉਹਨਾਂ ਦਾ, ਇਹ ਕੋਈ ਕਾਨੂੰਨ ਬਣਾ ਲਈਏ ਆਪਾਂ ਕਾਫੀ ਹੱਦ ਤੱਕ, ਆਪਾਂ ਸਮਾਜਿਕ ਤੌਰ ਤੇ ਕਰ ਸਕਦੇ ਹਾਂ ਤੇ ਆਪਾਂ ਦੇਖੋ ਦੇਖੀ ਵੱਧ ਤੋਂ ਵੱਧ ਕਰੀ ਜਾਂਦੇ ਹਾਂ, ਆਪਾਂ ਦੋਸ਼ ਦੇਈ ਜਾਂਦੇ ਦੂਜਿਆਂ ਨੂੰ, ਠੀਕ ਨਹੀਂ ਜੀ। ਦੋਸ਼ ਤੋਂ ਜਾਂ ਅਸੀਂ ਸਮਾਜਿਕ ਤੌਰ ਤੇ ਅਸੀਂ ਇਹਨੂੰ ਬੁਰਾਈ ਨੂੰ ਘਟਾ ਸਕਦੇ ਹਾਂ। ਨੰਬਰ 2, ਜਿਹੜੇ ਅਪਰਾਧ ਹੁੰਦੇ ਆ ਲੜਕੀਆਂ ਨਾਲ, ਰੇਪ ਵਗੈਰਾ ਹੁੰਦੇ ਆ, ਉਹਦਾ ਕੋਈ ਹੱਲ ਤਾਂ ਨਿਕਲਦੇ ਨੇਗਾ ਕੀ ਕਰਨ ਧੀਆਂ ਵਾਲੇ, ਹੱਲ ਨਿਕਲਦਾ ਕੋਈ? 20-30 ਸਾਲ ਤੇ ਮੁਕੱਦਮੇ ਚੱਲੀ ਜਾਂਦੇ ਆ, ਕੀ ਗੌਰਮੈਂਟ ਕਰਦੀ ਫੈਸਲਾ? ਚਾਹੀਦਾ ਤਾਂ ਉਸੇ ਵੇਲੇ ਗੋਲੀ ਮਾਰ ਦੇਣੀ ਉਹਨੂੰ, ਗਾਰਾ ਹੋਵੇ, ਠੀਕ ਨਹੀਂ, ਜਿਵੇਂ ਅਰਬ ਕੰਟਰੀ ਚ ਹੈਗਾ। ਸੋ ਇਹ ਦੋਵਾਂ ਨੂੰ, ਸਮਾਜ ਨੂੰ ਤੇ ਗੌਰਮੈਂਟ ਨੂੰ ਰਲ ਕੇ ਹੀ ਹੱਲ ਨਿਕਲ ਸਕਦਾ, ਵਰਨਾ ਹੱਲ ਹੈ ਨਹੀਂ ਜ਼ਰੂਰੀ ਹੈ ਜੀ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ ਗਿਆਨ ਸਿੰਘ ਜੀ, ਬਹੁਤ ਮਿਹਰਬਾਨੀ। ਗੱਲਾਂ ਬਾਤਾਂ ਸਿਲਸਿਲਾ ਜਿਹੜਾ ਚੱਲ ਰਿਹਾ ਡਾਕਟਰ ਸਾਹਿਬ ਨਾਲ ਵੀ ਚੱਲ ਰਿਹਾ ਤੇ ਨਾਲ ਦੀ ਨਾਲ ਘਰਾਂ ਵਿੱਚ ਬੈਠੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦੇ ਨਾਲ ਵੀ ਚੱਲ ਰਿਹਾ। ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਡਾਕਟਰ ਸਾਹਿਬ, ਸਮੇਂ ਦਾ ਪਤਾ ਹੀ ਨਹੀਂ ਲੱਗਿਆ, ਭੱਜਿਆ ਜਾਂਦਾ ਪ੍ਰੋਗਰਾਮ, ਤਕਰੀਬਨ ਖਤਮ ਦੀ ਤਿਆਰੀ 'ਤੇ ਹੈਗਾ। ਮੈਂ ਸਾਡੇ ਦਰਸ਼ਕਾਂ ਵਾਸਤੇ ਜਾਣਨਾ ਚਾਹਾਂਗਾ ਵੀ ਤੁਸੀਂ ਇੱਕ ਬਹੁਤ ਸਾਰੇ ਸੋਸ਼ਲ ਪ੍ਰੋਜੈਕਟ ਕੀਤੇ ਨੇ ਅਤੇ ਅੱਗੇ ਆਉਣ ਵਾਲੇ ਕੋਈ ਪਲੈਨਿੰਗ, ਕਿਸੇ ਤਰ੍ਹਾਂ ਦਾ ਕੋਈ ਪ੍ਰੋਜੈਕਟ ਜਾਂ ਫਿਲਮ ਕੋਈ ਕਰ ਰਹੇ ਹੋ ਤਾਂ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ। ਹੁਣ ਦੇਖੋ ਜੀ, ਇਸ ਵੇਲੇ ਜਿਹੜਾ ਸਾਡਾ ਬਹੁਤ ਹੀ ਵੱਡਾ ਇਸ਼ੂ ਖੜ੍ਹਾ ਹੋ ਰਿਹਾ ਹੈ, ਉਹ ਜਿਹੜਾ ਕਮਿਊਨਲ ਟੈਨਸ਼ਨ ਹੈ ਜਿਹੜੀ ਬਹੁਤ ਵੱਧਦੀ ਜਾ ਰਹੀ ਹੈ ਜੀ, ਜਿਹੜੀ ਰਿਲੀਜੀਅਸ ਇਨਟੋਲਰੈਂਸ ਹੈ। ਹਰ ਕੋਈ ਸੋਚਦਾ ਕਿ ਉਹ ਇੱਕ ਧਰਮ ਨੂੰ, ਪਰਟੀਕੁਲਰਲੀ ਆਪਦੇ ਧਰਮ ਨੂੰ ਲੈ ਕੇ ਹੀ ਹਰ ਕੋਈ ਸੁਪਰਮੇਸੀ ਹੈ ਜਿਹੜੀ ਉਹ ਚਾਹੁੰਦਾ ਹੈ ਜੀ। ਪਰ ਐਕਚੁਅਲ ਇਹ ਹੈ ਵੀ ਜਦੋਂ ਅਸੀਂ ਪੈਦਾ ਹੁੰਦੇ ਹਾਂ, ਜਨਮ ਵੇਲੇ ਬੱਚੇ ਦਾ ਉਹਨੂੰ ਕੁਛ ਨਹੀਂ ਪਤਾ ਵੀ ਮੈਂ ਹਿੰਦੂ ਹਾਂ ਕਿ ਮੁਸਲਮਾਨ ਹਾਂ ਕਿ ਸਿੱਖ ਹਾਂ ਕਿ ਈਸਾਈ ਹਾਂ ਜੀ। ਇਵੇਂ ਜਦੋਂ ਅਸੀਂ ਇਸ ਦੁਨੀਆ ਤੋਂ ਜਾਣਾ ਹੈ, ਕਿਉਂਕਿ ਐਕਸਪਾਇਰੀ ਡੇਟ ਤਾਂ ਹਰ ਇੱਕ ਦੀ ਹੈਗੀ ਆ, ਇਹ ਨਹੀਂ ਹੈ ਵੀ ਕੋਈ ਇੱਥੇ ਬੈਠੇ ਰਹਿਣਾ। ਜਿਹੜਾ ਉਹਦਾ ਲਾਸਟ ਇੱਕ ਘੰਟਾ ਹੁੰਦਾ ਹਰੇਕ ਬੰਦੇ ਦਾ ਇੱਥੋਂ ਜਾਣ ਵੇਲੇ, ਉਸ ਵੇਲੇ ਉਹਨੂੰ ਕੋਈ ਮੈਟਰ ਕਰਦਾ ਵੀ ਉਹ ਹਿੰਦੂ ਹੈ ਕਿ ਸਿੱਖ ਹੈ ਕਿ ਮੁਸਲਮਾਨ ਹੈ ਕਿ ਈਸਾਈ ਹੈ? ਪਰ ਜਿਹੜਾ ਫਿਰ ਵਿਚਕਾਰ ਦਾ ਪੀਰੀਅਡ ਹੈ, ਉਹਦੇ ਵਿੱਚ ਲੜੀ ਜਾਂਦੇ ਆ ਸਾਰੇ ਜੀ, ਠੀਕ ਹੈ। ਅਤੇ ਉਹਦੇ 'ਤੇ ਮੇਰਾ ਹੁਣ ਇੱਕ ਸੌਂਗ ਜਿਹੜਾ ਮੈਂ ਲਿਆ ਰਿਹਾ ਉਹ ਇਹੀ ਹੈ ਵੀ ਨਹੁੰ ਨਾਲੋਂ ਨਾ ਮਾਸ ਜੁਦਾ ਹੁੰਦਾ ਹੈ ਜੀ, ਭਾਵੇਂ ਲੱਖ ਯਤਨਾ ਕੋਈ ਕਰਵੇ, ਉਸ ਅੱਲਾ ਦੀ ਜੋਤ ਇੱਕ ਵਿੱਚ ਸਾਰੇ, ਆ ਜਾ ਵੇਖ ਪਰਖ ਕੋਈ ਕਰਵੇ ਵੀ ਉਹਦੇ ਵਿੱਚ ਜਿਹੜੇ ਨਵੇਂ ਜੰਮੇ ਬੱਚੇ ਹੈ ਉਹਨਾਂ ਦੇ ਵਿੱਚ ਕੋਈ ਪਰਖ ਕਰਕੇ ਦੱਸ ਵੀ ਉਹਦੇ 'ਚ ਉਹ ਕਿਹੜੇ ਧਰਮ ਦੇ ਹੈ। ਗੋਰੇ ਤੇਰੇ, ਕਾਲੇ ਤੇਰੇ, ਟੋਪੀ ਪੱਗਾਂ ਵਾਲੇ ਤੇਰੇ, ਸਭ ਤੇਰੇ ਹੀ ਤੇਰੇ, ਸਭ ਤੇਰੇ ਹੀ ਤੇਰੇ, ਕਿਹਨੇ ਪਾਈ ਫਿਰ ਸਾਰੀ ਇਹ ਲੜਾਈ, ਪੰਜ ਦਰਿਆਵਾਂ ਦੇ ਕਿਹਨੇ ਅੱਗ ਪਾਣੀਆਂ ਵਿੱਚ ਲਾਈ। ਕੀ ਬਾਤ ਹੈ ਜੀ, ਬਹੁਤ ਵਧੀਆ ਜੀ। ਅਤੇ ਦੂਸਰਾ ਜਿਹੜਾ, ਜਿਵੇਂ ਪੰਜਾਬ ਦੇ ਵਿੱਚ ਇੰਨਾ ਦੁਖਾਂਤ ਪੰਜਾਬ ਨੂੰ ਝੱਲਣਾ ਪਿਆ, ਪਹਿਲਾਂ 47 ਵੇਲੇ ਕਿੰਨੀ ਲੁੱਟਮਾਰ ਹੋਈ, ਕਿੰਨੀਆਂ ਜਾਨਾਂ ਗਈਆਂ, ਅਤੇ ਪੰਜਾਬ ਜਿਹੜਾ ਕਿ ਕਾਬਲ ਕੰਧਾਰ ਤੱਕ ਪੰਜਾਬ ਇੱਕ ਪੂਰਾ ਪੰਜਾਬ ਦੇਸ਼ ਸੀਗਾ, ਇੰਡੀਪੈਂਡੈਂਟ ਕੰਟਰੀ ਸੀਗਾ, ਅਤੇ ਉਹ ਹੁਣ ਇੱਕ ਛੋਟਾ ਜਿਹਾ ਪੰਜਾਬ ਰਹਿ ਗਿਆ, ਅਤੇ ਉਹਦੇ ਵਿੱਚ ਵੀ ਅਸੀਂ ਹੁਣ ਉਹਨੂੰ ਵੀ ਸੰਭਾਲ ਨਹੀਂ ਪਾ ਰਹੇ, ਉਹਦੇ ਵਿੱਚ ਵੀ ਕਿੰਨਾ ਕੁਛ ਹੋਈ ਜਾ ਰਿਹਾ। ਜਿਹੜੀ ਕਮਿਊਨਲ ਟੈਨਸ਼ਨ ਹੈ ਇੰਨੀ ਵਧੀ ਜਾ ਰਹੀ ਆ, ਹੁਣ ਆਪਾਂ ਯੂਟਿਊਬ 'ਤੇ ਵੇਖਦੇ ਹਾਂ ਵੀ ਅੰਮ੍ਰਿਤਸਰ ਦੇ ਵਿੱਚ ਵੀ, ਜਿਹੜਾ ਕਿ ਐਡਾ ਪਵਿੱਤਰ ਸ਼ਹਿਰ ਹੈ, ਉੱਥੇ ਵੀ ਜਿਹੜਾ ਕਦੇ ਵੀ ਹਿੰਦੂ ਸਿੱਖ ਦਾ ਝਗੜਾ ਹੋਇਆ ਹੀ ਨਹੀਂ ਸੀ, ਉਹ ਉਹਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਇਹ ਕੋਸ਼ਿਸ਼ ਜਿਹੜੀ ਹੈ, ਮੇਰੇ ਖਿਆਲ ਤਾਂ ਸ਼ਾਇਦ ਸਾਰਾ ਕੁਛ ਮੈਨੂੰ ਤਾਂ ਇਉਂ ਲੱਗਦਾ ਹੁੰਦਾ ਵੀ ਪੋਲੀਟੀਕਲੀ ਕੋਈ ਨਾ ਕੋਈ ਜੇ ਕਿਸੇ ਨੂੰ ਫਾਇਦਾ ਹੁੰਦਾ ਤਾਂ ਹੀ ਇਹੋ ਜਿਹੇ ਪੰਗੇ ਪੈਂਦੇ, ਆਮ ਲੋਕਾਂ ਨੂੰ ਇਹਦੇ ਨਾਲ ਕੋਈ ਵਾਲਾ ਵਾਹ ਵਾਸਤਾ ਹੈ ਨਹੀਂ। ਬਿਲਕੁਲ, ਆਮ ਲੋਕਾਂ ਦਾ ਤਾਂ ਇਹ ਕਿਸੇ ਵੀ ਵੇਲੇ ਕੋਈ ਵੀ, ਚਾਹੇ ਕਿਸੇ ਕਿਸਮ ਦੀ ਵਰਲਡ ਵਾਰ 1 ਸੀ, ਵਰਲਡ ਵਾਰ 2 ਸੀ, ਹੁਣ ਵੀ ਜਿੰਨਾ ਵੀ ਕੁਛ ਹੁੰਦਾ, ਆਮ ਲੋਕ ਉਹਦੇ 'ਚ ਇਨਵੋਲਵ ਨਹੀਂ ਹੁੰਦੇ। ਇਹ ਤਾਂ
ਜਿਹੜਾ ਉੱਪਰਲਾ ਪੋਲੀਟੀਕਲ ਸਿਸਟਮ ਹੈ ਉਹ ਹੀ ਸਾਰਾ ਕੁਛ ਇਹ ਜੀ ਬੋਲਣਾ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਜਿਹੜਾ ਆਪਦਾ ਫਾਇਦਾ ਹੈ ਉਹਨੂੰ ਦੇਖ ਕੇ ਸਾਰੇ ਚੱਲਦੇ ਆ। ਜੀ ਮੈਂ ਚਾਹਾਂਗਾ ਡਾਕਟਰ ਸਾਹਿਬ ਵੀ ਅਖੀਰ ਦੇ ਵਿੱਚ ਸਾਡੇ ਜਿਹੜੇ ਦਰਸ਼ਕ ਨੇ ਪੂਰੀ ਦੁਨੀਆ 'ਚ ਦੇਖ ਰਹੇ ਨੇ ਉਹਨਾਂ ਨੂੰ ਕੋਈ ਸੁਨੇਹਾ ਜ਼ਰੂਰ ਦਿਓ, ਚਾਹੇ ਪੰਜਾਬੀ ਮਾਂ ਬੋਲੀ ਦੀ ਗੱਲ ਹੈ, ਚਾਹੇ ਸਿਹਤ ਦੀ ਗੱਲ ਹੈ, ਅਤੇ ਚਾਹੇ ਕੋਈ ਹੋਰ ਸਾਡੇ ਪੰਜਾਬ ਦੀ ਸਮੱਸਿਆ ਦੀ ਗੱਲ ਹੈ। ਬਿਲਕੁਲ, ਜਿਹੜਾ ਸਾਡਾ ਜਿੱਥੋਂ ਤੱਕ ਸਿਹਤ ਦਾ ਸਵਾਲ ਹੈ ਵੀ ਇਸ ਸਰੀਰ ਦੇ ਨਾਲ ਹੀ ਸਾਡਾ ਸਾਰਾ ਕੁਛ ਹੈ। ਸਰੀਰ ਹੈ ਤਾਂ ਹੀ ਅਸੀਂ ਦੁਨੀਆ ਦੇ ਵਿੱਚ ਵਿਚਰ ਸਕਦੇ ਹਾਂ, ਅਤੇ ਇਹਦੇ ਵਿੱਚ ਜਿਵੇਂ ਆਪਾਂ ਕਹੀਏ ਵੀ ਇੱਕ ਕਾਰ ਦੀ ਇਗਜ਼ਾਮਪਲ ਮੈਂ ਦੇ ਦਿੰਦਾ ਵੀ ਕੋਈ ਕਾਰ ਡੀਜ਼ਲ 'ਤੇ ਚੱਲਦੀ ਹੈ, ਕੋਈ ਪੈਟਰੋਲ 'ਤੇ ਚੱਲਦੀ ਹੈ, ਅਤੇ ਜੇ ਆਪਾਂ ਪੈਟਰੋਲ ਵਾਲੀ ਕਾਰ ਦੇ ਵੀ ਡੀਜ਼ਲ ਪਾ ਦਿਆਂਗੇ ਤਾਂ ਇੰਜਨ ਦਾ ਕੀ ਹਾਲ ਹੋ ਜਾਏਗਾ। ਉਵੇਂ ਇਹ ਜਿਹੜਾ ਸਰੀਰ ਹੈ ਇਹ ਦੁੱਧ ਘਿਓ ਫਲ ਸਬਜ਼ੀਆਂ ਵਾਸਤੇ ਫਲਾਂ ਵਾਸਤੇ ਬਣਿਆ, ਇਹਦੇ ਵਿੱਚ ਜੇ ਆਪਾਂ ਨਸ਼ੇ ਸੁੱਟਾਂਗੇ ਤਾਂ ਫਿਰ ਇਹ ਸਰੀਰ ਦਾ ਉਹੀ ਹਾਲ ਹੋ ਜਾਣਾ, ਇਹਦਾ ਇੰਜਨ ਵੀ ਬਹਿ ਜਾਣਾ। ਜੀ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਸਟੂਡੀਓ ਵਿੱਚ ਆਉਣ ਵਾਸਤੇ, ਅਤੇ ਜਿਹੜੇ ਘਰਾਂ ਵਿੱਚ ਸਾਡੇ ਦਰਸ਼ਕ ਨੇ ਉਮੀਦ ਕਰਦਾ ਵੀ ਜ਼ਰੂਰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਏਗਾ। ਬਹੁਤ ਸਾਰੀਆਂ ਗੱਲਾਂ ਸਾਡੀ ਆਮ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਹੈਗੀਆਂ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ। ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਵੀ ਈਮੇਲ ਕਰ ਸਕਦੇ ਹੋ ਕਿਸੇ ਗੱਲਬਾਤ ਵਾਸਤੇ, ਜਾਂ ਡਾਕਟਰ ਸਾਹਿਬ ਦਾ ਫੋਨ ਨੰਬਰ ਲੈਣਾ ਤਾਂ ਈਮੇਲ ਕਰ ਦਿਓ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਨਾਲ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ, ਅਤੇ 209-400-5333 ਵਾਰ ਉੱਤੇ ਵੀ ਗੱਲਬਾਤ ਜਿਹੜੀ ਤੁਸੀਂ ਉਹ ਕਰ ਸਕਦੇ ਹੋ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।